असल वो जड़ा ना सीन वो संताली आला सारी सारी बंदे दे वसदा रोग नहीं। अगर कभी आ दौर होंदा वो फिल्म बनी होंगी तो यकीन जान दुनिया कई उंज मर जाने देख के। दिल करदा अपना पिंड वेखण नूं दिल ते बड़ा करदा। कभी कोशिश कीती जान दी? नहीं कोशिश नहीं कीती। क्यों? पता की गल आ। हाँ जी मेरा जख्म ताजे हो जाएंगे शायद मेरे को ना जरिया जाए। लाशा इनिया ही कि जिन्या जिन्या लाशा तो नहीं उन्हें आख्या मैं लंघ के आया ना तुम कभी अखा ना वेख लो तुम रात नींदर ना आवे। फिर उन्हें डोगरा मिलिट्री भी आती। अच्छा 15 पिंड की दुनिया थोड़ी होंगी है बड़ी होंगी है उत्थे फिर गोली उन्हें भराई मी आऊ फिर काफ़ी देर 3 महीने तक उधर जाता रहा फौजियों के नाल रोंदा जो ही जीज कोई ना रहा। जो इन्हें रोना उन्होंने आखना आ जा नाल पिंडां च फिर के अस्सलाम वालेकुम सत श्री अकाल प्रणाम। मैं हूँ तुहाडा वीर अब्बास लाशारी ते तुसी जुड़े हो सांझे वेले चैनल दे नाल। इस चैनल दे राहीं असी तुहाडे नाल सन 47 दी उस हनेरी दी सांझ करी दीए जिस हनेरी विच कईआं दे सिर ते छत्तां ना रहीआं ते कईआं दे पैरां थले पोए ना रही ते अज उही लाल हनेरी दे पिछे जिहड़ीआं दर्द दियां पीड़ा दियां कहानियां ने उन्हां दी सांझ करन लई मैं एक बुजुर्गां दे कोल आन बैठा वां ते आओ उन्हां दे नाल गलबात करने आ। अस्सलाम वालेकुम बाबा जी। वालेकुम सलाम। की हाल है बाबा जी? अल्लाह सोने दा करम मालिक दा एहसान। बाबा जी अपना की नाम है? मुहम्मद सादिक। तुहाडे वालिद साहब दा की नाम है? फजलुद्दीन। तुहाडे दादा जी दा? काले खान। अपनी बरादरी केड़ी है? रहमानी बरादरी। बाबा जी ये दसो कि इस वेले असी किहड़े पिंड विच बैठे हाँ? शाम के अमनपुरा। तहसील किहड़ी तुहाडी? फरोजवाला जिला शेखुपुरा। बुजुर्गो ये दसो कि अपना पिछला पिंड केड़ा है? डेरी आला। तहसील? तहसील ते गालबा अंबरसर है जिला अंबरसर है। अपने पिंड दे आल दुआल केड़े केड़े पिंड सन? खलचियां जोधा नगरी ये भी करीब सी मक्खन मिंडी जी ये भी भैनिया भी करीब सी तो सिक्का वह भी करीब सी उत्थे आटा पिहाउंदे हुंदे सी वो लोग घराट लगे। ये दसो तुहानू स्टेशन किहड़ा लगदा सी नेड़े? स्टेशन टंग रहां दा गड्डी दा स्टेशन टंग रहे सी। वो किन्ना कु तुहाड़े तो पिंड तो हटवां सी? मेरा ख्याल 5-4 मील होगा 6 मील होएगा। जिहड़ा अपना पिंड सी जी 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 ये पिंड दे विच ਕਿਹੜੇ ਕਿਹੜੇ ਕੌਮ ਦੇ ਲੋਕ ਆਬਾਦ ਸਨ? ਇਹਦੇ ਵਿੱਚ ਬ੍ਰਾਹਮਣ ਵੀ ਸੀ ਖੱਤਰੀ ਵੀ ਸਿੱਖ ਵੀ ਸੀ ਮੁਸਲਮਾਨ ਜੱਟ ਵੀ ਸੀ ਬਾਕੀ ਵੀ ਬਰਾਦਰੀਆਂ ਰਹਿਮਾਨੀ ਬਰਾਦਰੀ ਜਿਹੜੀ ਹੈ ਇਹ ਵੀ ਕਾਫੀ ਸੀ। ਅੱਛਾ ਹੋਰ ਵੀ ਮੋਚੀ ਵੀ ਬੜੇ ਵੀ ਸਾਡੀ ਤਾਂ ਗਲੀ 'ਚ ਮੋਚੀ ਸੀ। ਅੱਛਾ ਇਹ 5-6 ਬਰਾਦਰੀਆਂ ਉੱਥੇ ਸੀ। ਅੱਛਾ ਹਾਂ ਮੈਨੂੰ ਸਾਰਾ ਪਤਾ। ਅਤੇ ਪਿੰਡ ਦੇ ਵਿੱਚ ਮਸੀਤਾਂ ਕਿੰਨੀਆਂ ਸਨ? ਦੋ ਦਾ ਤਾਂ ਪੱਕਾ ਪਤਾ ਨਾ ਮੈਨੂੰ। ਅਤੇ ਉਹ ਜਿਹੜੀ ਇੱਧਰ ਸੀ ਇਹ ਤਾਂ ਬਹੁਤ ਵੱਡੀ ਸੀ ਜਿਹੜੀ ਉੱਧਰ ਸੀ ਉਹ ਥੋੜ੍ਹੀ ਛੋਟੀ ਸੀ। ਦੋ ਮਸੀਤਾਂ ਦਾ ਤਾਂ ਮੈਨੂੰ ਮੁਕੰਮਲ ਪਤਾ ਨਾ। ਅੱਛਾ ਅਤੇ ਇੱਧਰ ਜ਼ਿਆਦਾ ਆਬਾਦੀ ਮੈਂ ਆਇਆ ਸੀ ਮੁਸਲਮਾਨਾਂ ਦੀ ਫਿਰ ਮਸੀਤਾਂ ਮੁਸਲਮਾਨਾਂ ਦੀਆਂ ਹੁੰਦੀਆਂ ਦੂਸਰੇ ਬੰਨੇ ਸਿੱਖ ਬ੍ਰਾਹਮਣ ਵਗੈਰਾ ਹੈਗੇ। ਅੱਛਾ ਸਾਡੇ ਪਿੰਡ ਦੇ ਸੈਂਟਰ 'ਚ ਚੌਂਕ ਸੀ ਬੜਾ ਵੱਡਾ ਬੋਰਡ ਥੱਲੇ ਲੋਕ ਬਹਿੰਦੇ ਤਖ਼ਤ ਪੋਸ਼ ਉਹਨਾਂ ਵਕਤਾਂ 'ਚ ਹੁੰਦੇ ਸਾਡੇ ਆ ਬੰਜਾ ਮੁੰਜ ਕਾਫੀ ਵੱਡੇ ਵੱਡੇ। ਅੱਛਾ ਉੱਥੇ ਬਹਿੰਦੇ ਉੱਥੇ ਹਿੰਦੂਆਂ ਦੀਆਂ ਅਤੇ ਬ੍ਰਾਹਮਣਾਂ ਦੀਆਂ ਦੁਕਾਨਾਂ ਕਾਫੀ ਸੀ। ਅੱਛਾ ਹਾਂ ਜ਼ਿਆਦਾ ਉੱਥੇ ਲੋਕ। ਅਤੇ ਪਿੰਡ ਦੇ ਵਿੱਚ ਗੁਰਦੁਆਰੇ ਹੈ ਸਨ? ਗੁਰਦੁਆਰਾ ਤਾਂ ਹੈ ਸੀ। ਅੱਛਾ ਗੁਰਦੁਆਰਾ ਹੈ ਸੀ। ਕਿੰਨੇ ਗੁਰਦੁਆਰੇ ਸਨ ਪਿੰਡ 'ਚ? ਅੱਛਾ ਅਤੇ ਮੰਦਰ ਹੈ ਸੀ? ਮੰਦਰ ਹੈ ਸੀ ਪਰ ਜ਼ਰਾ ਦੂਰ ਸੀ। ਅੱਛਾ ਜ਼ਰਾ ਹਟਵਾਂ ਸੀ? ਹਟਵਾਂ ਸੀ ਹੈ ਸੀ। ਅੱਛਾ ਸਾਡੇ ਮੋਚੀਆਂ ਦੀਆਂ ਜਿਹੜੇ ਚੰਮ ਰੰਗ ਦੇ ਹੁੰਦੇ ਉਹ ਵੀ ਹੈਗੀਆਂ ਸੀ ਬਾਰ ਬਾਰ। ਅੱਛਾ ਜੀ
ਠੀਕ ਹੈ, ਖੁੰਨਾ ਸਾਧੇ ਉਹਨਾਂ ਨੇ। ਇਹ 47 ਦੀ ਵੰਡ ਤੋਂ ਪਹਿਲੇ ਤੁਹਾਡਾ ਉੱਥੇ ਵਸੇਬ ਕਿਸ ਤਰ੍ਹਾਂ ਦਾ ਸੀ? ਸਾਡਾ ਵਸੇਬ ਬਹੁਤ ਵਧੀਆ, ਕਿਉਂਕਿ ਮਸਲਾ ਇਹ ਆ ਐਸਾ ਕੋਈ ਸਾਡਾ ਤਲਾਫ ਨਹੀਂ ਕਿਸੇ ਨਾਲ ਇੱਧਰ ਉੱਧਰ ਪਈ, ਨਹੀਂ ਬੜੇ ਸਕੂਨ ਨਾਲ। ਹਵੇਲੀਆਂ ਸੀ ਸਾਡੀਆਂ, ਘਰ ਪਿੰਡ ਸੀ, ਹਵੇਲੀਆਂ ਥੋੜ੍ਹਾ ਬਾਹਰ ਸੀ। ਅੱਛਾ। ਹਵੇਲੀਆਂ ਦੇ ਪਿੱਛੇ ਬਾਗ ਸੀ ਇੱਕ ਅਮਰੂਦਾਂ ਦਾ, ਇਹ ਵੀ ਪਤਾ ਮੈਨੂੰ। ਅੱਛਾ। ਅਤੇ ਐਸੀ ਕੋਈ ਖਤਰੇ ਵਾਲੀ ਗੱਲ ਨਹੀਂ, ਮੇਲਾ ਮੁਸਬਲ ਲੱਗੇ ਕੋਈ ਐਸੀ ਗੱਲ ਨਹੀਂ। ਅੱਛਾ। ਅਤੇ ਆਪਸ ਵਿੱਚ ਮੇਲ ਵਰਤਨ? ਹਾਂ, ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਇੱਕ ਦੂਸਰੇ ਦੀਆਂ ਵਿਆਹਾਂ ਸ਼ਾਦੀਆਂ ਵਿੱਚ ਜਾਂਦੇ ਸੀ? ਇਨਸ਼ਾਅੱਲਾ, ਇਨਸ਼ਾਅੱਲਾ ਜੀ, ਬਿਲਕੁਲ ਜਾਈਦਾ। ਜਾਂਦੇ ਸੀ? ਜੀ ਜੀ। ਉਹ ਵੀ ਤੁਹਾਡੇ ਵਿਆਹਾਂ ਸ਼ਾਦੀਆਂ 'ਚ ਆਉਂਦੇ ਸਨ? ਇਨਸ਼ਾਅੱਲਾ। ਠੀਕ ਹੈ। ਨਿਉਂਦਰਾ ਭਾਜੀ ਹੁੰਦਾ ਸੀ? ਹਾਂ ਜੀ, ਸਭ ਕੁਛ ਹੁੰਦਾ। ਆਪਸ ਵਿੱਚ ਕੋਈ ਕਿਸੇ ਕਿਸਮ ਦੀ ਲੜਾਈ ਨਹੀਂ ਸੀ? ਬਿਲਕੁਲ ਕਿਸੇ ਕੰਮ ਦਾ, ਇੰਝ ਜੀ ਸੀ ਜਿਵੇਂ ਇੱਕੇ ਮਾਂ ਦੇ ਜੰਮੇ ਗਾਵੇ। ਅੱਛਾ। ਬਹੁਤ ਸਲੂਕ, ਪਿਆਰ, ਮੁਹੱਬਤ ਹੀ ਬੜੀ। ਪਿੰਡ ਦੇ ਵਿੱਚ ਨੰਬਰਦਾਰੀਆਂ ਕਿੰਨੀਆਂ ਸਨ? ਨੰਬਰਦਾਰੀ ਇੱਕ ਮੁਸਲਮਾਨਾਂ ਜੱਟਾਂ ਦੀ ਸੀ। ਅੱਛਾ। ਇੱਕ ਸਿੱਖਾਂ ਦੀ ਸੀ, ਦੋ ਹੀ ਸੀ ਅਤੇ ਅੱਛੇ ਸੀ। ਅੱਛਾ। ਸਾਡੇ ਨਾਲ ਵੀ ਅੱਛਾ ਸਲੂਕ ਸੀ ਉਹਨਾਂ ਦਾ। ਤਕਰੀਬਨ ਜਦੋਂ ਕਿਤੇ ਐਸੀ ਵੈਸੀ ਗੱਲ ਹੁੰਦੀ ਸਾਰੇ ਮੁਸਲਮਾਨ ਇਕੱਠੇ ਹੋ ਜਾਂਦੇ ਸੀ। ਅੱਛਾ। ਅਤੇ ਪਿੰਡ ਦੇ ਵਿੱਚ ਜਿਹੜੇ ਸਿਰ ਕੱਢਵੇਂ ਬੰਦੇ ਸਨ ਉਹਨਾਂ ਦੇ ਕੋਈ ਨਾਂ ਯਾਦ ਜੇ? ਸਿਰ ਕੱਢਦੇ ਜਿਹੜੇ ਉਹ ਲੋਕਾਂ ਦੀ ਆਪੋ ਆਪਣੀਆਂ ਬਰਾਦਰੀਆਂ ਸੀ, ਜੱਟਾਂ ਦਾ ਅਤੇ ਸਾਡਾ ਜਿਹੜਾ ਨਾ ਬਿਲਕੁਲ ਇੰਝ ਸੀ ਜਿਵੇਂ ਆਪੋ ਆਪਸ ਦੇ ਭਰਾ ਹੁੰਦੇ ਆ। ਅੱਛਾ। ਇਹ ਚਿਦਰਾ ਵੀ ਆ ਅਤੇ ਸਾਰਿਆਂ ਦੀ ਆ, ਜੇ ਮਾੜੇ ਆ ਤਾਂ ਸਾਰੇ ਹੀ ਆ, ਮਦਦ ਕਰਦੇ ਸੀ ਦੂਸਰਿਆਂ ਦੀ। ਸਾਡੇ ਪਿੰਡ 'ਚ ਐਸਾ ਕੋਈ ਨਹੀਂ, ਵਿੱਚ ਮੋਚੀ ਉਹ ਵੀ ਬੜੇ ਚੰਗੇ ਸੀ, ਅੱਲਾ ਦਿੱਤਾ ਉਹਦਾ ਨਾਂ ਸੀ, ਬਹੁਤ ਚੰਗਾ ਸਾਡੇ ਸਾਹਮਣੇ ਸੀ, ਖੈਰਦੀਨ ਸੀ ਉਹ ਵੀ ਸਾਡੇ ਸਾਹਮਣੇ ਸੀ। ਅੱਛਾ। ਅਤੇ ਇਹ ਜਿਹੜਾ ਨੰਬਰਦਾਰ ਸੀ ਮੁਸਲਮਾਨਾਂ ਦਾ ਉਹਦਾ ਕੀ ਨਾਂ ਸੀ? ਮੈਨੂੰ ਨਹੀਂ ਯਾਦ। ਅਤੇ ਸਿੱਖਾਂ ਦੇ ਨੰਬਰਦਾਰ ਦਾ ਨਾਮ? ਉਹ ਵੀ ਨਹੀਂ ਯਾਦ। ਪਿੰਡ ਵਿੱਚ ਸਕੂਲ ਹੈ ਸੀ? ਹਾਂਜੀ। ਕਿਹੜੀ ਜਮਾਤ ਤੱਕ ਸੀ? ਉਦੋਂ ਜ਼ਿਆਦਾ ਕੁ 5-7 ਤੱਕ, 8 ਤੱਕ ਜ਼ਿਆਦਾ ਤੋਂ ਜ਼ਿਆਦਾ ਹੁੰਦਾ ਸੀ। ਤੁਸੀਂ ਸਕੂਲ ਜਾਂਦੇ ਰਹੇ ਹੋ? ਨਹੀਂ, ਮੈਂ ਸਕੂਲੇ ਨਹੀਂ, ਮਸੀਤੇ ਜਾਂਦਾ। ਅੱਛਾ। ਮਦਰਸੇ? ਮਦਰਸੇ ਜਾਂਦੇ ਸੀ। ਅਤੇ ਕੀ ਉੱਥੇ ਪੜ੍ਹਦੇ ਸੀ ਉਦੋਂ? ਆਪਣਾ ਅਰਬੀ ਪੜ੍ਹਦੇ। ਉਹ ਮੌਲਵੀ ਸਾਹਿਬ ਦਾ ਨਾਮ ਯਾਦ ਹੈ? ਨਹੀਂ। ਪਿੰਡ ਦੇ ਵਿੱਚ ਖੂਹ ਕਿੰਨੇ ਸਨ? ਖੂਹ 'ਤੇ ਇੱਕ ਸਾਡੀਆਂ ਹਵੇਲੀਆਂ ਦੇ ਅੱਗੇ ਸੀ ਨਾ, ਜ਼ਿਆਦਾ ਤਾਂ ਪਾਣੀ ਇੱਥੋਂ ਲੋਕ ਲੈ ਕੇ ਜਾਂਦੇ ਆਮ ਸਾਰਾ ਇੱਧਰ। ਏਡਾ ਬਹੁਤ ਜ਼ਿਆਦਾ ਵੱਡਾ ਨਹੀਂ ਅਤੇ ਛੋਟੀ ਖੂਹ ਨਹੀਂ, ਖੂਹ ਸੀ ਉਹ ਚਾਰ ਚ ਫੇਰੇ। ਇੱਕ ਖੂਹ ਤਕਰੀਬਨ ਮੇਰਾ ਖਿਆਲ ਹੈ ਕਿ ਮਸਜਿਦ ਦੇ ਕੋਲ ਜਿਹੜਾ, ਇਹ ਬਹੁਤ ਵੱਡਾ ਖੂਹ ਸੀ, ਪੌਣੀਆਂ ਲੱਗੀਆਂ ਵਾਲਾ ਜਿੱਥੋਂ ਭਰਦੇ ਆ। ਬਾਹਰ ਤਾਂ ਬੜੇ ਖੂਹ ਸੀ, ਬਾਹਰ ਵਿੰਡੋ ਬਾਹਰ ਜਿਹੜੇ ਪਾਣੀ, ਇਹ ਤਾਂ ਬਹੁਤ ਸੀ ਖੂਹ। ਅੱਛਾ। ਆਪਣਾ ਨਾਨਕਾ ਪਿੰਡ ਉਹ ਕਿਹੜਾ ਸੀ? ਮੱਖਣ ਮਿੰਡੀ ਛੀਨੇ, ਉਹ ਛੀਨੇ ਉਹਦਾ ਨਾਂ ਛੀਨੇ। ਅੱਛਾ। ਅਤੇ ਬਾਕੀ ਪਿੰਡ ਰਾਹ ਜਾਂਦੇ ਵਗੈਰਾ ਵਗੈਰਾ। ਅੱਛਾ। ਅਤੇ ਜਿਹੜਾ ਨਾਨਕਿਆਂ ਦਾ ਪਿੰਡ ਸੀ, ਇਹਦੇ ਆਲ ਦੁਆਲ ਜਿਹੜੇ ਪਿੰਡ ਸਨ ਉਹ ਨਾਂ ਯਾਦ ਜੇ? ਨਵਾਂ ਪਿੰਡ। ਜਦੋਂ 47 ਦੇ ਰੌਲੇ ਪਏ ਨੇ, ਤੁਹਾਨੂੰ ਉਹਦੇ ਤੋਂ ਪਹਿਲੇ ਪਤਾ ਸੀ ਕਿ ਪਾਕਿਸਤਾਨ ਬਣਨ ਦਿਆ ਹੈ ਅਤੇ ਸਾਨੂੰ ਇਹ ਪਿੰਡ ਛੱਡ ਕੇ ਜਾਣਾ ਹੈ, ਕੋਈ ਇਸ ਗੱਲ ਦਾ ਪਤਾ ਸੀ? ਦੋ ਭਾਜੀ, ਸਾਨੂੰ ਤਾਂ ਪਿੰਡ ਛੱਡਣਾ ਤਾਂ ਇੱਕ ਬੰਨੇ ਰਿਹਾ, ਕਿਸੇ ਕਿਸਮ ਬਣਦੇ ਸੀ, ਇਹ ਹਿੰਦੁਸਤਾਨ ਬਣ ਹੀ ਨਹੀਂ ਸਕਦਾ, ਇਹ ਤਾਂ ਪਾਕਿਸਤਾਨ ਅੱਲਾ ਦੇ ਹੁਕਮ ਨਾਲ ਬਣੇਗਾ। ਨਹੀਂ ਉੱਠਦੇ ਲੋਕ, ਕਦੋਂ ਉੱਠੇ ਆ? ਅੱਛਾ। 3 ਮਹੀਨੇ ਕਰਕੇ ਰੌਲਾ ਪਿਆ ਰਿਹਾ। ਅੱਛਾ। ਕਿ ਪਾਕਿਸਤਾਨ ਆ, ਇਹ 7 ਜਿਹੜੇ ਬੋਲਦੇ ਸੀ ਪਾਕਿਸਤਾਨ ਪਾਕਿਸਤਾਨ, ਇਹ ਤਾਂ ਪਤਾ ਨਹੀਂ ਅਚਾਨਕ ਇਹਨਾਂ ਨੇ ਰਿਸ਼ਵਤ ਨਾ ਲੈ ਲਿਆ ਉਹਨਾਂ, ਜਾਂ ਸਾਡਿਆਂ ਨੇ ਕੋਈ ਬੇਈਮਾਨੀ ਕਰ ਲਈ ਆ। 7 ਜਿਹੜੇ ਬੋਲਦੇ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਅਤੇ ਇਹ ਜਿਹੜਾ ਇੱਥੇ ਕਸੂਰ ਦੇ ਲਾਗੇ ਫਿਰੋਜ਼ਪੁਰ, ਇਹ ਇੰਝ ਲੈਣ 'ਚ 7 ਜਿਹੜੇ, ਇਹ ਅੰਗਰੇਜ਼ਾਂ ਦੀ ਵੰਡ 'ਚ ਆਏ ਸੀ। ਅੱਛਾ। 3 ਪਾਰਟੀਆਂ ਸੀ, ਮੁਸਲਿਮ ਲੀਗ ਅਤੇ ਲੀਗ ਉਹਨਾਂ ਦੀ, ਹਿੰਦੂਆਂ ਦੀ, ਬਾਬੇ ਕੈਜੇ ਆਜ਼ਮ ਦੀ ਮੁਸਲਿਮ ਲੀਗ ਸੀ, ਉਹਨਾਂ ਦੀ ਲੀਗ ਸੀ, ਅਤੇ ਉਹਨਾਂ ਦੀ ਕਾਂਗਰਸ ਸੀ। ਆਹੋ, ਕਾਂਗਰਸ ਨੂੰ ਲੀਗ ਹੀ ਜਾਂਦੇ ਸੀ ਨਾ। ਅੱਛਾ। ਉਹ ਦੇਸੀ ਕੰਮ 'ਚ, ਅਤੇ ਅੰਗਰੇਜ਼ਾਂ ਦੀ ਹੈਗੀ ਸੀ ਜੂਨਸ ਪਾਰਟੀ। ਅੱਛਾ। 7 ਜਿਹੜੇ ਉਹਨਾਂ ਦੇ ਵੰਡ 'ਚ ਆਇਆ, ਮੁੜ ਕੇ ਉਹਨਾਂ ਨੇ ਉਹਨਾਂ ਕੋਲ ਵੇਚ ਗਏ। ਅੱਛਾ। ਸਾਡੀ ਵੱਢ ਫੱਟ ਸ਼ੁਰੂ ਹੋ ਗਈ, ਲੋਕਾਂ ਨੂੰ ਉੱਠਣਾ ਪੈ ਗਿਆ, 3 ਮਹੀਨੇ ਰੌਲਾ ਪਿਆ ਰਿਹਾ ਹੈ। ਅੱਛਾ। ਤੁਸੀਂ ਜਦੋਂ ਇਹ ਐਲਾਨ ਹੋਇਆ ਪਾਕਿਸਤਾਨ ਬਣਨ ਦਾ, ਉਦੋਂ ਨਹੀਂ ਉੱਠੇ ਉੱਥੋਂ? ਨਹੀਂ।
ਤੁਸੀਂ ਕਿੰਨੇ ਚਿਰ ਬਾਅਦ ਉੱਠੇ ਉੱਥੋਂ? ਤਕਰੀਬਨ ਮੇਰਾ ਖਿਆਲ ਹੈ ਕਿ 3 ਮਹੀਨੇ ਲੰਘ ਗਏ ਸੀ। ਵੱਡੀ ਈਦ ਵੀ ਕਰ ਲਈ ਉੱਥੇ ਹੀ? ਵੱਡੀ ਈਦ 'ਚ ਨੱਠੇ ਫਿਰਦੇ ਆਏ ਆ ਨਾ, ਫਿਰ ਦਿਨ ਜਿਹੜੇ ਆ ਨਾ, ਆਹ ਜਿਹੜੇ ਹੋਣੇ ਆ ਨਾ ਦਿਨ, ਹਾਂਜੀ ਇਹੀਓ ਦਿਨ ਸੀ। ਠੀਕ ਹੈ, ਦਿਨ ਤਾਂ ਇਹੋ ਹੀ ਰਹੇ, ਸਾਉਣ ਭਾਦੋਂ ਦਾ ਅੱਸੂ ਦਾ ਇਹ ਦਿਨ। ਇਹ ਕਹੂੰਗਾ ਕਮਾਦ ਜਿਹੜੇ ਆ ਬੰਦੇ ਦੇ ਲੁਕਣ ਵਾਲੇ ਹੋਏ ਸੀ, ਇਹ ਵੀ ਪਤਾ ਮੈਨੂੰ ਵੀ ਕਮਾਦ ਦਾ ਬੰਦਾ ਲੁਕ ਸਕਦਾ ਸੀ ਏਡੇ ਏਡੇ ਹੋਏ ਸੀ। ਤੁਸੀਂ ਤਾਂ ਸਵਾਲ ਕਰਦੇ ਆ ਤਾਂ ਕੋਈ ਹੋਰ ਵੀ ਮੈਂ ਜਵਾਬ ਦਿੰਦਾ। ਜੀ ਜੀ, ਜਿੰਨਾ ਸੰਨ 1947 ਦੇ ਹਾਲਾਤ ਵੇਖੇ ਆ ਨਾ, ਮੇਰੀਆਂ ਅੱਖਾਂ ਹੁਣ ਵੀ ਖੂਨ ਦੇ ਆਸੂ ਰੋਂਦੀਆਂ। ਜੋ ਹਾਲ ਵੇਖਿਆ ਉੱਥੇ, ਜੋ ਹੋਇਆ ਸਾਡੇ ਨਾਲ ਜਾਂ ਹੋਰ ਲੋਕਾਂ ਨਾਲ, ਉਹ ਵੀ ਸਾਡੇ ਵਰਗੇ ਹੀ ਮੁਸਲਮਾਨ ਅਜੇ ਤੱਕ ਬੱਚੀਆਂ ਉੱਧਰ ਨੇ ਜਿਹੜੀਆਂ ਨਹੀਂ ਲੱਭੀਆਂ। ਮਾਂ ਪਿਓ ਰੋਂਦੇ ਜਿਹੜੇ ਮਰ ਗਏ ਨੇ। ਸ਼ਹਾਦਤਾਂ ਇੰਨੀਆਂ ਕੁ ਹੋਈਆਂ ਜਿੰਨੀਆਂ ਸ਼ਹਾਦਤਾਂ ਦੇ ਨਾਲ ਇਹ ਮੁਲਕ ਹਾਸਲ ਕੀਤਾ ਵਾ। ਉਹ ਜਿਹੜੇ ਲੋਕ ਉੱਧਰੋਂ ਆਏ ਉਹਨਾਂ ਨੂੰ ਪਤਾ ਵੀ ਇਹ ਕਿਵੇਂ ਮੁਲਕ ਹਾਸਲ ਕੀਤਾ ਵਾ। ਜਦੋਂ ਰੋਲੇ ਪਏ ਨੇ ਤਾਂ ਤੁਸੀਂ ਆਪਣੇ ਪਿੰਡ ਵਿੱਚੋਂ ਕਿਵੇਂ ਉੱਠੇ? ਸਾਡੇ ਬਾਪ ਨੇ ਸਾਨੂੰ 5 ਜੀਆਂ ਨੂੰ, 2 ਭੈਣਾਂ 1 2 ਭਾਈ, ਇਹਨਾਂ 5-6 ਜੀਆਂ ਨਾਲ ਲੈ ਕੇ ਨਾ ਸਾਡੇ ਨਾਨਕਿਆਂ ਦੇ ਛੱਡ ਕੇ ਗਿਆ ਵੀ ਇੱਥੋਂ ਅੰਮ੍ਰਿਤਸਰ ਲੱਗ ਗਏ ਆ, ਤੁਸੀਂ ਇਹਨਾਂ ਦੇ ਨਾਲ ਉੱਥੇ ਚੱਲ ਜਾਓ, ਅਸੀਂ ਬਾਕੀ ਪਿੰਡ ਦੇ ਨਾਲ ਪਹੁੰਚ ਜਾਵਾਂਗੇ। ਅੱਛਾ, ਲੇਕਿਨ ਉਹਨਾਂ 'ਤੇ ਪਹੁੰਚਣਾ ਜਿਹੜਾ ਪਹੁੰਚਣਾ ਸੀ ਉਹਨਾਂ, ਸਾਨੂੰ ਇੱਥੇ ਪਹੁੰਚਣ ਤੋਂ ਪਹਿਲਾਂ ਜਥਾ ਪੈ ਗਿਆ। ਅੱਛਾ, ਤਬਾਹੀ ਹੋ ਗਈ ਉੱਥੇ, ਕਤਲੇਆਮ ਹੋ ਗਈ, ਬੀਬੀਆਂ ਲੈ ਗਏ, ਬੰਦਿਆਂ ਨੂੰ ਮਾਰ ਗਏ। ਤੁਸੀਂ ਉਹ ਆਪਣੇ ਨਾਨਕੇ ਪਿੰਡ ਹਜੇ ਪਹੁੰਚੇ ਹੋ? ਹਾਂ, ਉੱਥੇ ਪਹੁੰਚਿਆ ਅਤੇ ਉੱਥੋਂ ਚੱਲੇ ਸੀ ਨਾ ਬਾਹਰ ਨਿਕਲਣ ਡਿਆ, ਔਰ ਲਾਗੇ ਜਿਹੜਾ ਨਵਾਂ ਪਿੰਡ ਸੀ ਉੱਥੇ ਜਾ ਰਿਹਾ ਸੀ ਸਾਰਾ ਪਿੰਡ ਉੱਠ ਕੇ। ਅੱਛਾ, ਇਹ ਸਿੱਖ ਜਿਹੜਾ ਜਾਗਰ ਸਿੰਘ ਸੀ ਉੱਥੋਂ ਲੈ ਆਇਆ ਕੁਛ ਮੁਸਲਮਾਨਾਂ ਨੂੰ ਲੈ ਆਇਆ ਵੀ ਮੈਂ ਜੀ ਉੱਥੇ ਬੈਠਾ ਤੁਸੀਂ ਆ ਜਾਓ। ਅੱਛਾ, ਅਤੇ ਜਿਹੜੇ ਸਿਆਣੇ ਬੰਦੇ ਉਹਨਾਂ ਆਖਿਆ ਨਾ ਜਾਓ। ਇਹ ਆਖੇ ਲੱਗ ਗਏ ਕੋਈ 10-20-50 ਘਰ ਸੀ ਆ ਗਏ, ਜਾਂ ਇੱਥੇ ਆਏ ਤਾਂ ਆਉਂਦਿਆਂ ਸਾਰੇ ਉਹ ਬੁਰਾ ਹਾਲ ਹੋ ਗਿਆ। ਕੁਛ ਦਿਨ ਲੰਘੇ ਮਹੀਨੇ ਨਹੀਂ, ਕੁਛ ਦਿਨ ਅਜੇ ਲੰਘੇ ਸੀ। ਉਹ ਉਦੋਂ ਦੇਖਦੇ ਰਿਹਾ ਵੀ ਇਹ ਨਾ ਹੋਵੇ, ਉਹਦਾ ਡਰ ਬੜਾ ਸੀ ਉਜਾਗਰ ਸਿੰਘ ਦਾ। ਜਿਹੜਾ ਉਜਾਗਰ ਸਿੰਘ ਸੀ ਇਹ ਤੁਹਾਡੀ ਹਮਾਇਤ ਵਿੱਚ ਸੀ? ਬਹੁਤ। ਅੱਛਾ, ਬਹੁਤ ਬੜਾ ਹਮਾਇਤ ਸੀ। ਅੱਛਾ, ਉਹਨੇ ਤੁਹਾਡਾ ਸਾਥ ਦਿੱਤਾ? ਬੜਾ ਸਾਥ ਦਿੱਤਾ ਉਹਨੇ। ਉਹ ਕੀ ਕਹਿੰਦਾ ਕੀ ਸੀ? ਉਹ ਉਦੋਂ ਤਾਂ ਕਹਿੰਦਾ ਉਹਦੇ ਹੁੰਦਿਆਂ ਕੋਈ ਪੈਂਦਾ ਵੀ ਨਹੀਂ ਸੀ। ਅੱਛਾ, ਉਹ ਤਾਂ 4 ਚੁਫੇਰੇ ਫਿਰਦੇ ਸੀ ਆਸੇ ਪਾਸੇ, ਪਿੰਡ 'ਚ ਨਹੀਂ ਸੀ ਆਉਂਦੇ। ਕਈ ਵਾਰੀ ਉਹਨੂੰ ਕਹਿੰਦੇ ਤੂੰ ਆਪਣੇ ਜਵਾਈ ਰੱਖੇ ਆ, ਇਹ ਉਹਨੂੰ ਕਹਿੰਦੇ ਦੂਏ ਨਹੀਂ, ਉਹ ਆਇਆ ਹੀ ਨਹੀਂ ਸੀ ਇੱਥੇ, ਘੋੜੀ ਤੋਂ ਚੜ੍ਹ ਕੇ ਚਲੇ ਗਿਆ, ਐਵੇਂ ਚਲੇ ਗਿਆ। ਗਲਤ ਗੱਲ ਕਹੀਏ ਰੱਬ ਦੇ ਦੇਣਦਾਰ ਹੋਈਏ, ਉਹ ਹੈ ਹੀ ਨਹੀਂ ਤਾਂ ਜਸਾ ਪਿਆ ਹੀ ਤਾਂ ਸੀ। ਉਹਦੇ ਕੋਲ ਸਾਰਾ ਇਲਾਕਾ ਡਰਦਾ ਸੀ, ਉਹਨੇ ਆਖਿਆ ਰੱਖੇ ਆ ਜਾਓ, ਜਿਹਨੇ ਆਉਣਾ ਨਹੀਂ ਆਉਂਦੇ। ਅਤੇ ਉੱਧਰ ਵੇਖ ਲਿਆ ਵੀ ਗਿਆ ਕੇ ਸੂਹ ਦਿੱਤੀ, ਉਹ ਤਰਖਾਣਾ ਨੇ ਦਿੱਤੀ ਹਿੰਦੂਆਂ ਨੇ, ਉਹ ਪਰਲਿਆਂ ਨੇ ਜਿੱਦਾਂ ਦਾਣੇ ਭਰਾਉਣ ਗਏ ਹਨ, ਉਹਨਾਂ ਸੂਹ ਦਿੱਤੀ ਵੀ ਅੱਜ ਜਾਗਰ ਸਿੰਘ ਹੈ ਨਹੀਂ ਇੱਥੇ। ਅਸੀਂ ਤਾਂ ਵੇਖ ਲਿਆ ਅਤੇ ਉਹ ਆਉਂਦੇ ਹੋ, ਅਸੀਂ ਆਖਿਆ ਜਸਾ ਪੈ ਗਿਆ, ਪਤਾ ਤਾਂ ਹੈ ਵੀ ਜਸੇ ਪੈਂਦੇ ਆ, ਅਸੀਂ ਆਖਿਆ ਜਸਾ ਪੈ ਗਿਆ। ਉਹ ਜਿਹੜੇ ਨੇ ਲੱਗ ਗਏ ਹਿੰਦੂ, ਸਾਨੂੰ ਤਾਂ ਪਤਾ ਨਹੀਂ ਵੀ ਇਹਨਾਂ ਬੇਈਮਾਨ ਨੇ, ਨਹੀਂ ਨਹੀਂ ਉਹ ਤਾਂ ਬਾਹਰ 'ਚੋਂ ਬੰਦੇ ਉੱਜੜ ਕੇ ਆਏ, ਐਸੀ ਕੋਈ ਗੱਲ ਨਹੀਂ। ਅਸੀਂ ਦਾਣੇ ਪੜਾਉਂਦੇ ਨੱਠੇ, ਜਿਹੜੇ 5-7 ਬਾਲ ਗਏ ਹਾਂ, ਆਣ ਕੇ ਰੋਲੀ ਰੋਲੀ ਪਾਏ, ਫਿਰ ਨੱਠੇ ਕੋਈ ਨੱਠਣਾ ਕਿੱਧਰ, ਉਹਨਾਂ ਘੇਰਾ ਪਾ ਲਿਆ 1 ਮਿੰਟ 'ਚ। ਅੱਛਾ, 4 ਚੁਫੇਰੇ ਪਿੰਡ ਦੇ ਪਹਿਲੋਂ ਘੇਰਾ ਪਾਉਂਦੇ ਸੀ। ਅੱਛਾ, ਫਿਰ ਕਤਲੇਆਮ ਕਰਦੇ ਤੇ ਘਰ ਲੁੱਟਦੇ ਸੀ। ਅੱਛਾ, ਲੁੱਟੇ ਲੋਕਾਂ ਦੇ ਘਰ, ਬੰਦਿਆਂ ਨੂੰ ਮਾਰਿਆ, ਬੀਬੀਆਂ ਉਹ ਉੱਧਰ ਬਾਤੀਆਂ, ਕੋਈ ਲੈ ਗਏ, ਕੋਈ ਲੋਕ ਲੱਗ ਗਈਆਂ ਕਮਾਦਾਂ 'ਚ। ਅੱਛਾ, ਲਾਗੇ ਲਾਗੇ ਪਿੰਡ ਦੇ ਕਮਾਦ ਸੀ, ਉੱਥੇ ਕਈ ਲੁੱਕ ਗਈਆਂ, ਕੋਈ ਬੰਦਾ ਲੋਕੇ ਹੀ ਬਚਿਆ, ਜਿਹੜਾ ਬਚਿਆ ਬਚਣਾ ਉਹਨਾਂ ਨੇ ਛੱਡਿਆ ਨਹੀਂ ਕੋਈ। ਅੱਛਾ, ਜਦੋਂ ਜੱਥਾ ਪਿਆ ਤੁਸੀਂ ਆਪਣੀ ਜਾਨ ਬਚਾਉਣ ਲਈ ਤੁਸੀਂ ਕਿੱਧਰ ਨੂੰ ਗਏ? ਉਹ ਜਾਗਰ ਸਿੰਘ ਦਾ ਘਰ ਜਿਹੜਾ, ਉਹਦੇ ਘਰ ਲੁਕੇ ਸਾਰੇ ਜਾਣ, ਸਾਰੇ ਬਾਲ। ਹਾਂ, ਅੱਛਾ, ਤਕਰੀਬਨ ਅਸੀਂ ਜਿਹੜੇ 10-15-20 ਆ ਨਾ, ਉੱਧਰ ਲੁਕੇ, ਬਾਕੀ 'ਚ ਆਪੋ ਆਪਣੇ ਘਰੇ ਘੇਰੇ ਗਏ ਸੀ। ਅੱਛਾ, ਸਾਡਾ ਜਿਹੜਾ ਨਾਨਕਿਆਂ ਦਾ ਘਰ ਹੈ ਉਹਦੇ ਲਾਗੇ ਸੀ। ਅੱਛਾ, ਉਹ ਨੱਠ ਕੇ ਉਹਦੇ ਘਰ ਵੜੇ, ਆਣ ਕੇ ਲੁਕੇ 'ਚ, ਹੁਣ ਉਹ ਜਨਾਨੀਆਂ ਉਹਨਾਂ ਦੀਆਂ ਨੇ ਕੀ ਕਰਨਾ, ਉਹ ਆਪ ਤਾਂ ਹੈ ਨਹੀਂ ਸੀ ਉਹ। ਅੱਛਾ, ਉਹਨਾਂ ਦੇ ਘਰ ਵੀ ਆਉਣ ਵਾਲੇ ਹੋ ਜਸੇ ਵਾਲੇ। ਅੱਛਾ, ਉਹ ਫਲੋਲ ਫੜ ਕੇ ਸਾਨੂੰ ਵੀ ਉਹਨਾਂ ਨੇ ਕੱਢ ਲਿਆ, ਤਾਂ ਹੀ ਮੈਂ ਸੀਨ ਸਾਰਾ ਵੇਖਿਆ। ਅੱਛਾ, ਤੁਹਾਨੂੰ ਉਹਨਾਂ ਨੇ ਉੱਥੋਂ ਕੱਢ ਲਿਆ? ਅੰਦਰੋਂ ਕੱਢ ਲਿਆ ਸਾਨੂੰ ਬਾਹਰ। ਅੱਛਾ, ਤੁਹਾਨੂੰ ਕੱਢ ਕੇ ਉਹਨਾਂ ਲਿਆ ਕੇ? ਇਹ ਤਾਂ ਵੱਡੀ ਹੈ ਨਾ। ਹਾਂਜੀ, ਫਿਰ ਉਹਨੇ ਮੈਨੂੰ ਬਾਹੋਂ ਫੜ ਕੇ ਨਾਲ ਖਿੱਚ ਲਿਆ।
ਅੱਛਾ ਆ ਗਏ ਬਾਹਰ ਉਹਨਾਂ ਨੇ ਬਾਹਰ ਉੱਠ ਕੱਢ ਲਿਆ ਤੇ ਮੈਂ ਬਾਹਰ ਖਲੋ ਕੇ ਵੇਹਦਾ ਰਿਹਾ ਉਹਨਾਂ ਨੇ ਕਹਾ ਮੈਂ ਐਡਾ ਤਾਂ ਵੱਡਾ ਨੇ ਮੈਨੂੰ ਮਾਰਿਆ ਨਹੀਂ ਉਹਨਾਂ ਇਹ ਸਾਰਾ ਚਾਨਸ ਮੈਂ ਉਹ ਬੀਬੀ ਵਾਲਾ ਆਪਣੀਆਂ ਅੱਖਾਂ ਨਾਲ ਖਾਸ ਕਰਕੇ ਵੇਖਿਆ ਮੈਨੂੰ ਬਾਂਹ ਤੋਂ ਫੜ ਲੱਗਾ ਸੀ ਉਹਨੇ ਆਖਿਆ ਕੁੱਤੇ ਉਪਰਾਂ ਹੋ ਜਾ ਉਹਨੇ ਬਰਛੀ ਮਾਰੀ ਉਹ ਨਹੀਂ ਡਿੱਗੀ ਫਿਰ ਮਾਰੀ ਫਿਰ ਤਿੰਨਾਂ ਚੋਂ ਨੇ ਮਾਰੀਆਂ ਵੀ ਬਾਕੀ ਦੀਆਂ ਡਰ ਜਾਣ ਉਹਦੀ ਜਿੰਨਾ ਚਿਰ ਸਵਾਹ ਆਉਂਦਾ ਰਿਹਾ ਉਹ ਕੁੱਤੇ ਉੱਪਰ ਹੀ ਆਉਂਦੀ ਰਹੀ ਆ ਇਹ ਉਹ ਜਿਹੜਾ ਜਿਹੜਾ ਸੀਨ ਉਹ ਹੋ ਗੁਜ਼ਰਿਆ ਨਾ ਜਿਨ੍ਹਾਂ ਨੂੰ ਪਤਾ ਉਹ ਮਰਦਿਆਂ ਤਾਂ ਉਹ ਨਹੀਂ ਭੁੱਲ ਸਕਦੇ ਵੀ ਇੱਥੇ ਹੋਇਆ ਕੀ ਆ ਤੁਹਾਡੀ ਅੱਖਾਂ ਦੇ ਸਾਹਮਣੇ ਹੋਇਆ ਮੈਂ ਸਾਹਮਣੇ ਵੇਖਦਾ ਰਿਹਾ ਵਾਂ ਅੱਛਾ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ ਮੇਰਾ ਖਿਆਲ ਆ ਕਿ 15 ਕੁ ਫੁੱਟ ਦਾ ਫਰਕ ਹੋਏਗਾ ਅੱਛਾ ਹਾਂਜੀ ਉੱਥੇ ਕਮਾਲ ਸੀ ਮੈਂ ਇੱਥੇ ਕੰਧੇ ਨਾਲ ਖਲੋਤਾ ਜੋ ਕੁਛ ਉਹਦੇ ਨਾਲ ਹੋਇਆ ਉਹ ਵੀ ਮੈਨੂੰ ਪਤਾ ਫਿਰ ਇੱਕ ਸ਼ਾਦੀ ਸ਼ੁਦਾ ਸੀ ਉਹਦੇ ਬੱਚਾ ਹੋਣਾ ਅੱਛਾ ਜਿਵੇਂ ਉਹਨੂੰ ਉਹਨਾਂ ਮਾਰਿਆ ਅਤੇ ਜੋ ਜੋ ਉਹਨੇ ਕਿਹਾ ਮੈਂ ਖੁਸ਼ ਹਾਂ ਉਹਦੇ 'ਤੇ ਜਿੰਨਾ ਚਿਰ ਸਾਹ ਆਉਂਦਾ ਰਿਹਾ ਮੈਂ ਵੀ ਸੁਣਦਾ ਰਿਹਾ ਇਹ ਉੱਧਰ ਬੀਬੀਆਂ ਉਹ ਉੱਥੇ ਕੁ ਉਹਨਾਂ ਨੇ ਇੱਧਰ ਇਕੱਠੀਆਂ ਕਰੀਆਂ ਸੀ ਉਹਨਾਂ ਨੇ ਦੇਖਿਆ ਵੀ ਸਾਹਮਣੇ ਜੋ ਉੱਥੇ ਸੀ ਉਹ ਮੇ ਹੁਣ ਵੀ ਜਦੋਂ ਮੈਂ ਰਾਤ ਨੂੰ ਸੌਂਦਾ ਮੈਂ ਜਦੋਂ ਐਂ ਜਿਵੇਂ ਨਾ ਵਾਕਿਆ ਹੀ ਮੈਂ ਕਿਹਾ ਅੱਲਾ ਸੋਹਣਾ ਤੈਨੂੰ ਐਡੇ ਅਰੂਜ ਦੇਵੇ ਵਾਕਿਆ ਤੂੰ ਸਹੀ ਮੁਸਲਮਾਨ ਸਾਂ ਮਾਰੀ ਭਾਵੇਂ ਗਈ ਆ ਸ਼ਹਾਦਤ ਦਾ ਅਤੇ ਰੁਤਬਾ ਲੈ ਗਈਆਂ ਨਾ ਇਹ ਕੰਮ ਸਾਰੇ 3 ਕੁ ਘੰਟੇ ਲੱਗੇ ਹੋਣੇ ਆ 3 ਘੰਟਿਆਂ 'ਚ ਇਹ ਕੰਮ ਉਹ ਕਰ ਗਏ ਕਿੰਨਾ ਕੁ ਬੰਦਾ ਮਾਰ ਗਏ ਬੰਦਾ ਪਿੰਡ ਦਾ ਛੱਡਿਆ ਹੀ ਕੋਈ ਨਹੀਂ ਉਹਨਾਂ ਨੇ ਜਿਹੜਾ ਨੱਠ ਕੇ ਬਚਿਆ ਬਚਿਆ ਉਂਝ ਨਹੀਂ ਛੱਡ ਕੇ ਗਿਆ ਕੋਈ ਉਹ ਬੀਬੀਆਂ ਜਿਹੜੀਆਂ ਉਹ ਜਿਹੀਆਂ ਸੀ ਉਹਨਾਂ ਨੂੰ ਇੱਧਰ ਉੱਧਰ ਨਹੀਂ ਖੜਿਆ ਚੰਗੀਆਂ ਨੂੰ ਲੈ ਗਏ ਸਾਹਮਣੇ ਖੜਿਆ ਉਹਨਾਂ ਨੇ ਉਹ ਭਾਈ ਮੇਰੇ ਨੂੰ ਤਾਂ ਸਾਰਾ ਪਤਾ ਟੋਟਲੀ ਪਤਾ ਉਹਨੇ ਹਰ ਸ਼ੈ ਉਹਨੇ ਤਾਂ ਖੈਰ ਉਹਨੂੰ ਵੀ ਉਦੋਂ ਹੀ ਕੱਢ ਕੇ ਲਿਆਏ ਸੀ ਬਾਹਰ ਉਹ ਵੀ ਕਿਤੇ ਲੁਕਿਆ ਉਹ ਆਪੋ ਆਪ 'ਚ ਪੈ ਗਏ ਜਿੱਧਰ ਜਿੱਧਰ ਕੋਈ ਮਰਜ਼ੀ ਲੁੱਕ ਗਿਆ ਜਾ ਕੇ ਤੁਹਾਡੇ ਜਿਹੜੇ ਨਾਨਕਿਆ ਘਰ ਸੀ ਜੀ ਇਹ ਇਹਨਾਂ ਦੇ ਜੀ ਸਾਰੇ ਬਚੇ ਰਹੇ ਇਹਨਾਂ ਦੇ ਵਿੱਚੋਂ ਤਾਂ ਨਹੀਂ ਕੋਈ ਬੜੇ ਬੜੇ ਮਰ ਗਏ ਆਏ ਕਿਹੜੇ 2 ਆਏ ਸਾਰੇ ਇੱਕ ਸਾਡਾ ਫੁੱਫੜ ਆਇਆ ਇੱਕ ਸਾਡਾ ਮਾਮਾ ਆਇਆ ਬਾਕੀ ਸਾਰੇ ਉੱਥੇ ਕਤਲੇ ਆਮ ਉਹਨਾਂ ਨੇ ਕੀਤੀ ਹੈ ਨਾਨਾ ਨਾਨੀ ਹੈ ਸਨ ਹਾਂ ਹੈ ਸੀ ਕਿੰਨੇ ਉੱਥੇ ਤੁਹਾਡੇ ਮਾਮੇ ਜਾਂ ਮਾਮਿਆਂ ਦੇ ਮਾਮਾ ਸਾਡਾ ਇੱਕੋ ਹੀ ਸੀ ਅੱਛਾ ਹਾਂ ਅਤੇ ਪੁੱਤਰ ਇੱਕ ਸੀ ਉੱਧਰ ਅਤੇ ਮੁੜ ਕੇ ਬਾਕੀ ਦੇ ਅਤੇ ਇੱਧਰ ਆਣ ਕੇ ਹੋਇਆ ਜੇ ਜਵਾਨ ਹੀ ਸੀ ਸਾਡੀ ਮਾਂ ਜਿਹੜੀ ਵੱਡੀ ਸੀ ਅੱਛਾ ਮਾਮਾ ਛੋਟਾ ਸੀ ਸਾਡੀ ਮਾਂ ਜਿਹੜੀ ਉਹ ਵੱਡੀ ਅੱਛਾ ਹਾਂਜੀ ਅਤੇ ਮਾਮਾ ਤੁਹਾਡਾ ਤੁਸੀਂ ਉਹ ਦੱਸਣ ਦਿਆ ਸੀ ਕਿ ਉਹਨੇ ਜਾਨ ਕਿਸ ਤਰ੍ਹਾਂ ਬਚਾਈ ਹੁੰਦੀ ਬੜੀ ਔਖੀ ਜਾਨ ਬਚਾਈ ਤਕਰੀਬਨ 2 ਕਿੱਲੇ ਉਹਦੇ ਮਗਰ ਚੜ੍ਹੇ ਅੱਛਾ ਅਤੇ ਅੱਗੇ ਕਮਾਦ ਆ ਉਹ ਜਿੱਥੇ ਅਸੀਂ ਦਾਣੇ ਬਣਾਉਣ ਗਏ ਹਾਂ ਨਾ ਉਸ ਬਜ਼ਾਰੇ ਉਹ ਨੱਠਿਆ ਅਤੇ ਕਮਾਦ ਉੱਥੋਂ 3 ਕਿੱਲੇ ਸੀ ਇਹ ਵੀ ਉਹ ਜਦੋਂ ਇੰਨੀ ਕੁ ਵਿੱਥ ਰਹਿ ਗਈ ਨਾ ਉਹ ਬਰਛੀ ਉਹਨੇ ਇੰਝ ਕੀਤੀ ਅਤੇ ਉਹ ਉੱਥੇ ਕੋਈ ਬੰਦਾ ਹੋਊ ਜੋ ਉਹਨੇ ਕਿਹਾ ਨਾ ਮਾਰਿਓ ਇਹ ਇਕੱਲਾ ਹੀ ਮਾਪਿਆਂ ਦਾ ਪੁੱਤ ਆ ਉਹਨੇ ਜਿਹਨੂੰ ਕਮਾਦੇ ਜਾ ਵੜਿਆ ਉਹ ਫਿਰ ਦੱਸਦਾ ਵੀ ਮੈਂ ਟਾਢੀ ਸੀ ਉੱਥੇ ਚੜ੍ਹਿਆ ਰਿਹਾ ਵੇਖਦਾ ਰਿਹਾ ਸਾਰਾ ਸੀਨ ਉਹ ਕੋਈ ਦੋ ਤਿੰਨਾਂ ਚੌਂ ਘੰਟਿਆਂ ਤਬਾਹੀ ਕਰਕੇ ਖਿੱਲਰ ਖੁੱਲਰ ਗਏ ਜਿੱਧਰ ਦੇ ਹੈਗੇ ਕੋਈ ਇੱਧਰ ਲੈ ਗਿਆ ਕੋਈ ਉੱਧਰ ਲੈ ਗਿਆ ਸਮਾਨ ਸਮੂਨ ਲੁੱਟ ਲੱਟ ਕੇ ਚਲੇ ਗਏ ਉਹਨਾਂ ਦੇ ਨਾਲ ਇੱਕ ਜੈਲਦਾਰ ਸੀ ਉਹਦੇ ਕੋਲ ਰਾਈਫਲ ਸੀ ਅੱਛਾ ਹੱਦ ਨਾਲੀ ਜਿਹੜੀ ਹਾਂਜੀ ਉਹਦੇ ਕੋਲ ਰਾਈਫਲ ਸੀ ਇਹ ਜਥੇ ਦੇ ਨਾਲ ਇੱਕ ਜੈਲਦਾਰ ਹਰ ਜਸੇ ਨਾਲ ਇੱਕ ਰਾਈਫਲ ਵਾਲਾ ਜੈਲਦਾਰ ਜਿੱਥੇ ਜਿੱਥੇ ਪੈਂਦੇ ਕਈਆਂ ਨਾਲ ਜ਼ਿਆਦਾ ਹੁੰਦੇ ਸੀ ਇਹਨਾਂ ਦੇ ਨਾਲ ਇੱਕ ਸੀ ਅੱਛਾ ਉਹਦਾ ਨਾਂ ਦਾ ਪਤਾ ਸੀ ਨਾਂ ਦਾ ਨਹੀਂ ਪਤਾ ਗਮਟਾਲੇ ਦਾ ਸੀ ਉਹ ਇਹ ਪਤਾ ਮੈਨੂੰ ਅੱਛਾ ਉਹ ਗਮਟਾਲੇ ਦਾ ਜ਼ੈਲਦਾਰ ਸੀ ਗਮਟਾਲੇ ਦਾ ਜ਼ੈਲਦਾਰ ਸੀ ਉਹਦੇ ਕੋਲ ਰਾਈਫਲ ਸੀ ਘੋੜੀ 'ਤੇ ਸੀ ਉਹ ਅੱਛਾ ਜੀ ਉਹਦੇ ਨਾਲ ਹੀ ਸਾਡਾ ਭਾਈ ਗਿਆ ਸੀ ਅੱਛਾ ਹਾਂ ਜ਼ਿਆਦਾ ਪਤਾ ਤਾਂ ਉਹ ਲੈ ਗਏ ਉਹਨੇ ਕਿਹਾ ਇਹਨਾਂ ਮਾਰਿਆ ਬਾਬਾ ਸੀ ਐਡਾ ਛੋਟਾ ਨਹੀਂ ਤਗੜਾ ਸੀ ਅੱਛਾ ਸ਼ਾਦੀ ਜੀ ਉੱਧਰ ਹੋਈ ਸੀ ਅਤੇ ਬਿਲਕੁਲ ਤਾਂ ਐਡੇ ਕੁ ਦਿਨ ਹੀ ਨਾ ਹੋ ਗਏ ਉਹਨੇ ਉਹ ਜ਼ੈਲਦਾਰ ਤੁਹਾਡੇ ਭਾਈ ਨੂੰ ਚੁੱਕ ਕੇ ਲੈ ਗਿਆ ਨਹੀਂ ਚੁੱਕ ਕੇ ਨਹੀਂ ਉਹ ਮੁੰਡਾ ਫੜ ਕੇ ਜੋ ਲੈਣ ਦਾ ਮਾਰਨ ਵਾਸਤੇ ਹਾਂਜੀ ਮੈਂ ਆਖਿਆ ਇਹਨੂੰ ਨਹੀਂ ਮਾਰਨਾ ਜ਼ੈਲਦਾਰ ਸੀ ਉਹਦੇ ਆ ਕੇ ਤਾਂ ਫਿਰ ਕੋਈ ਨਹੀਂ ਮਾਰ ਸਕਦਾ ਅੱਛਾ ਨਾਲੇ ਅੱਲਾ ਸੋਹਣੇ ਨੇ ਬਚਾਉਣਾ ਸੀ ਉਹ ਫਿਰ ਇਹ ਜ਼ੈਲਦਾਰ ਕੋ ਰਿਹਾ ਜਿਹੜਾ ਤੁਹਾਡਾ ਭਰਾ ਜਿਹਨੂੰ ਇਹ ਜ਼ੈਲਦਾਰ ਲੈ ਗਿਆ ਜੀ ਇਹ ਫਿਰ ਉਹਦੇ ਨਾਲ ਉੱਥੇ ਲਿਜਾ ਕੇ ਕੀ ਸਲੂਕ ਕੀ ਕਰਦਾ ਰਿਹਾ ਨਹੀਂ ਇਹਨੂੰ ਕੁਛ ਨਹੀਂ ਕਿਹਾ ਅੱਛਾ ਇਹਦੇ ਕੋਲ ਕੰਮ ਕਾਰ ਹੀ ਕਰਵਾਉਂਦਾ ਰਿਹਾ ਪੱਠੇ ਪਾਉਣੇ ਡੰਗਰਾਂ ਨੂੰ ਅੱਛਾ ਇਹਦੇ ਨਾਲ ਭੈੜਾ ਸਲੂਕ ਉਹਨੇ ਨਹੀਂ ਕੀਤਾ ਅੱਛਾ ਇੱਕ ਤਾਂ ਉਹਨੇ ਮਾਰ ਕੁੱਟ ਕਰਨੀ ਉਹਨਾਂ ਪਰ ਨਹੀਂ ਉਹ ਨਹੀਂ ਕੀਤੀ ਅਤੇ ਪਰ ਇਹ ਉਂਝ ਹੀ ਰੋਂਦਾ ਰਹਿੰਦਾ ਕੱਖ ਰਿਹਾ ਹੀ ਨਹੀਂ ਇਹਦੇ ਸਾਹਮਣੇ ਹਟ ਜਾ ਤਬਾਹ ਹੋ ਗਈ
ਅਤੇ ਰੋਂਦਾ ਰਹਿੰਦਾ ਸੀ ਅਤੇ ਉਹ ਫਿਰ ਪਿਆਰ ਪੂਰ ਕਰਦੇ ਨਾਲ ਜਿਹੜੇ ਹੋਰ ਕੰਮ ਇਹ ਨਾ ਉਹਦੇ ਨਹੀਂ ਉਹ ਜ਼ੈਲਦਾਰ ਦਾ ਜਿਹੜਾ ਕਿਰਦਾਰ ਹੈ ਉਹ ਅਜੀਬ ਜਿਹਾ ਨਜ਼ਰ ਆ ਰਿਹਾ ਕਿ ਜੱਥੇ ਦੇ ਨਾਲ ਵੀ ਆਇਆ ਕਤਲੇਆਮ ਵੀ ਕਰਵਾਇਆ ਬਾਅਦ 'ਚੋਂ ਇਹ ਬੱਚੇ ਨੂੰ ਮਾਰਿਆ ਵੀ ਨਹੀਂ ਅਤੇ ਇਹਦੇ ਨਾਲ ਸਲੂਕ ਵੀ ਚੰਗਾ ਕਰ ਰਿਹਾ ਇਹ ਗੱਲ ਕੋਈ ਸਮਝ ਨਹੀਂ ਆ ਰਹੀ ਉਹਦਾ ਵਜ੍ਹਾ ਪਤਾ ਕੀ ਆ ਹਾਂਜੀ ਜਿਸ ਵੇਲੇ ਅੱਲਾ ਨਿਗੇਵਾਨ ਹੋਵੇ ਨਾ ਹਾਂਜੀ ਫਿਰ ਅੱਲਾ ਨੂੰ ਰਹਿਮ ਦਿਲ 'ਚ ਆ ਜਾਂਦਾ ਵਾ ਹਾਲਾਂਕਿ ਉਹ ਮਾਰ ਵੀ ਸਕਦੇ ਸੀ ਲੇਕਿਨ ਉਹਨੇ ਆਖਿਆ ਇਹਨੂੰ ਨਾ ਮਾਰਿਓ ਬਾਬਾ ਵੀ ਉਹਨੇ ਆਖਿਆ ਕੰਮ ਦੇਵੇਗਾ ਮੈਨੂੰ ਕੰਮ ਦਿੰਦਾ ਰਿਹਾ ਹੈ ਪੱਠੇ ਪਾਉਂਦਾ ਰਿਹਾ ਉੱਥੇ ਵਾਹਵਾ ਚਿਰ ਰਿਹਾ ਉਹਦੇ ਕੋਲ 2 ਮਹੀਨੇ ਰਿਹਾ 3 ਮਹੀਨੇ ਰਿਹਾ ਕਿੰਨਾ ਚਿਰ ਰਿਹਾ ਭਾਈ ਮੇਰੇ ਨੇ ਦੱਸਿਆ ਵੀ ਇੱਕ ਚੂੜਾ ਸੀ ਇੱਧਰੋਂ ਗਿਆ ਉਹਨੇ ਆਂਦਾ ਬੜਾ ਤਾਵਨ ਕੀਤਾ ਅੱਛਾ ਹਰ ਵੇਲੇ ਮੈਨੂੰ ਸੂਸਾ ਦਿੰਦਾ ਸੀ ਵੀ ਅੱਜ ਫਲਾਨੇ ਪਿੰਡ ਤੇ ਆਏ ਆ ਮਿਲਟਰੀ ਆਈ ਆ ਫਲਾਨੇ ਪਿੰਡ ਆਈ ਆ ਫਲਾਨੇ ਪਿੰਡ ਆਈ ਅਤੇ ਇਹਨੇ ਆਖਿਆ ਜਿੱਦਣ ਇੱਥੇ ਆਏ ਉਹ ਤਾਂ ਨਹੀਂ ਮਾਰਨਗੇ ਇਹਨੇ ਆਖਿਆ ਨਹੀਂ ਉਹ ਤੁਹਾਨੂੰ ਲੈ ਜਾਣਗੇ ਪਾਕਿਸਤਾਨ ਇੱਧਰੋਂ ਸਿੱਖ ਗਏ ਸੀ ਸਾਡਾ ਚਾਚਾ ਰਹਿੰਦਾ ਸੀ ਇੱਧਰ ਅਤੇ ਇੱਥੋਂ ਉੱਠ ਕੇ ਸਿੱਖ ਉੱਧਰ ਗਏ ਸੀ ਉਹਨਾਂ ਨੇ ਇਹਦੇ ਨਾਲ ਗੱਲ ਗੁੱਲ ਕੀਤੀ ਉਹਨੇ ਦੱਸਿਆ ਮੇਰਾ ਚਾਚਾ ਫਲਾਂ ਨੇ ਉਹਨੇ ਆਖਿਆ ਹਾਂ ਅਸੀਂ ਉੱਥੋਂ ਬਰਨਾਲਿਓਂ ਆਏ ਹਾਂ ਉਹਨੇ ਆਖਿਆ ਮੇਰਾ ਚਾਚਾ ਵੀ ਉੱਧਰ ਰਹਿੰਦਾ ਉਹਨੇ ਆਖਿਆ ਕਾਕਾ ਜਿੱਦਣ ਰੁੱਖ ਲੱਗਾ ਤੈਨੂੰ ਕੱਢਾਂਗੇ ਅਸੀਂ ਉਹ ਸਿੱਖ ਜਿਹੜੇ ਇੱਧਰੋਂ ਗਏ ਸੀ ਉਹਨੇ ਆਖਿਆ ਅਸੀਂ ਇਸ਼ਾਰਾ ਕਰਾਂਗੇ ਵੀ ਗੱਡੀ ਆ ਗਈ ਹੈ ਉਹ ਸਾਹਮਣੇ ਨਿਕਲਣਾ ਇੱਥੋਂ ਤੇਰਾ ਕੰਮ ਇਹ ਜੈਲਦਾਰ ਨੇ ਤਾਂ ਅਸੀਂ ਤਾਂ ਸਾਹਮਣੇ ਨਹੀਂ ਕੁਝ ਕਰ ਸਕਦੇ ਉਹਨਾਂ ਫਿਰ ਦੱਸਿਆ ਵੀ ਗੱਡੀ ਆ ਗਈ ਉਹ ਅਤੇ ਲੰਘ ਕੇ ਨੱਠਣਾ ਲੰਘਣਾ ਜੈਲਦਾਰਾਂ ਦੇ ਘਰ ਅੱਗੇ ਆਉਂਦੀ ਸੀ ਉਹਨਾਂ ਵੇਖ ਲਿਆ ਮਗਰ ਨੱਠੇ ਅਤੇ ਉਹਨਾਂ ਪੁਲਸਾਂ ਫੌਜੀਆਂ ਨੇ ਕਿਹਾ ਪਿੱਛੇ ਹੋ ਜਾਓ ਅੱਗੇ ਨਾ ਆਇਓ ਅੱਛਾ ਚਲੇ ਗਿਆ ਗੱਡੀ 'ਚ ਬਹਿ ਗਿਆ ਬਚ ਗਿਆ ਬਸ ਫਿਰ ਵੀ ਕੀ ਕਰ ਲੈਣਾ ਸੀ ਅਤੇ ਇਹ ਜਿਹੜਾ ਤੁਹਾਡਾ ਭਰਾ ਸੀ ਇਹਦੇ ਘਰ ਵਾਲੇ ਵੀ ਲੈ ਗਏ ਸਨ ਚੁੱਕ ਕੇ ਜੱਥੇ ਵਾਲੇ ਹਾਂ ਹਾਂ ਲੈ ਗਏ ਪਤਾ ਨਹੀਂ ਕਿੰਨੀ ਜਿੰਨੀਆਂ ਬੀਬੀਆਂ ਕਿੰਨੀਆਂ ਕੁ ਉੱਥੋਂ ਲੈ ਗਏ ਉੱਥੇ ਤਾਂ ਪਤਾ ਹੀ ਨਹੀਂ ਨਾ ਬਸ ਉਹ ਕਿਆਮਤ ਸੀ ਕਿਆਮਤ ਬੀਬੀਆਂ ਤਾਂ ਉੱਥੋਂ ਤਕਰੀਬਨ ਕੋਈ ਆ ਜਿਹੜੀ ਲੁਕ ਲੱਗ ਕੇ ਬਚੀ ਸਾਰੀਆਂ ਹੀ ਲੈ ਗਏ ਸੀ ਪਤਾ ਨਹੀਂ ਕਿੱਧਰ ਕਿੱਧਰ ਲੈ ਗਿਆ ਅਤੇ ਫਿਰ ਅੱਲਾ ਹੀ ਆ ਜਿਹੜਾ ਲਿਆਉਂਦਾ ਰਿਹਾ ਵਾ ਅਤੇ ਕਈ ਵਿਚਾਰੀਆਂ ਖੱਜਲ ਹੋ ਕੇ ਲੋਕੇ ਕਿੱਦਾਂ ਆਈਆਂ ਕਿਹੜਿਆਂ ਵਕਤਾਂ ਨਾਲ ਆਪਣੇ ਉਹ ਤੁਹਾਡੀ ਜਿਹੜੀ ਭਰਜਾਈ ਸੀ ਉਹ ਕਿੰਨੇ ਕੁ ਅਰਸੇ ਬਾਅਦ ਵਾਪਸ ਆਈ ਉਹ ਤਕਰੀਬਨ ਸਾਡੇ ਤੋਂ ਕੋਈ 2 ਕੁ ਮਹੀਨੇ ਬਾਅਦ ਉਹ ਹੈਗਾ ਏ ਸਾਡੇ ਤੋਂ ਤੁਹਾਡੇ ਤੋਂ ਹਾਂ ਉਹ ਕਦੀ ਪੁੱਛਿਆ ਕਿ ਕਿਹੜੇ ਕਿਹੜੇ ਪਿੰਡ ਉਹਨੂੰ ਲੁਕਾਉਂਦੇ ਰਹੇ ਉਹ ਤਾਂ ਫਿਰ ਦੱਸ ਪੁੱਛਿਆ ਨਾ ਉਹ ਕਹਿੰਦੀ ਜਿਸ ਵੇਲੇ ਇੰਝ ਕਰਦੇ ਸੀ ਨਾ ਅਤੇ ਫਿਰ ਉਹ ਦੂਸਰੇ ਪਿੰਡ ਤੀਸਰੇ ਪਿੰਡ ਸਾਕਾਂ ਕੋਲ ਗਾਂ ਚਲੇ ਜਾਣਾ ਉੱਧਰ ਚਲ ਜਾਣਾ ਇੱਧਰ ਚਲ ਜਾਣਾ ਠੀਕ ਹੈ ਲੁਕਾਉਂਦੇ ਫਿਰਦੇ ਰਹੇ ਅਖੀਰ ਫਿਰ ਅੱਲਾ ਤਾਲਾ ਹੁੰਦਾ ਵਾ ਭਰਜਾਈ ਸਾਡੀ ਜਿਹੜੀ ਆ ਉਹ ਜਵਾਨ ਨਹੀਂ ਸੀ ਉਦੋਂ ਨਿੱਕੀ ਵੀ ਨਹੀਂ ਸੀ ਐਡੀ ਨਾ ਐਡੀ ਬਹੁਤ ਜਵਾਨ ਨਹੀਂ ਸੀ ਅਤੇ ਬਹਰਹਾਲ ਜਦੋਂ ਕਿਸੇ ਦੇ ਕਾਬੂ ਬੇਦੀਨਾਂ ਦੇ ਆਉਂਦਾ ਉਹਨੂੰ ਵੱਡੇ ਛੋਟੇ ਨਾਲ ਉਹਨਾਂ ਨੂੰ ਕੀ ਵਾਸਤਾ ਜੀ ਫਿਰ ਇਹ ਜਦੋਂ ਜੱਥਾ ਚਲਾ ਗਿਆ ਹਾਂਜੀ ਤੁਸੀਂ ਉੱਥੋਂ ਕਿੰਨੇ ਕੁ ਜੀਆਂ ਦੇ ਨਾਲ ਨਿਕਲੇ ਅਸੀਂ ਜਿਹੜੇ ਨਾ ਇੱਕ ਸਾਡੀ ਫੁੱਫੀ ਸੀ ਅੱਛਾ 2-3 ਬੱਚੀਆਂ ਸੀ ਉਹਦੀਆਂ 2-3 ਅਸੀਂ 2 ਭੈਣਾਂ 1 ਮੈਂ ਇਹ ਅਸੀਂ 5-6-7 ਜੀ ਅਸੀਂ ਨਿਕਲੇ ਅੱਛਾ ਏਡੇ ਸੌਖੇ ਨਹੀਂ ਅਸੀਂ ਵੀ ਆ ਗਏ ਅਸੀਂ ਵੀ ਕਈ ਥਾਂ ਕਾਬੂ ਆਏ ਅੱਛਾ ਕਈ ਥਾਂ ਕਾਬੂ ਆਏ ਅਤੇ ਕਈਆਂ ਥਾਵਾਂ ਤੋਂ ਮਾਲਕ ਨੇ ਸਾਡੇ ਨੂੰ ਬਚਾਇਆ ਤੁਸੀਂ ਜਦੋਂ ਛੀਨਿਓ ਨਿਕਲੇ ਹੋ ਨਿਕਲ ਕੇ ਰਾਹ ਦੇ ਵਿੱਚ ਤੁਹਾਡੇ ਨਾਲ ਕੀ ਵਾਪਰਿਆ ਕੀ ਸਲੂਕ ਹੋਇਆ ਉਹ ਦੱਸੋ ਉਹ ਇੰਝ ਆ ਵੀ ਦਿਨੇ ਲੁੱਕ ਰਹਿੰਦੇ ਸੀ ਅਸੀਂ ਅੱਛਾ ਰਾਤ ਪੈਣੀ ਅਤੇ ਫਿਰ ਸਫ਼ਰ ਕਰਨਾ ਅੱਛਾ ਜਰਾ ਕੁ ਚੋਂ ਇੱਧਰ ਚੂੰ ਚੜੱਕੀ ਹੋਣੀ ਅਤੇ ਫਿਰ ਲੁੱਕ ਜਾਣਾ ਅੱਛਾ ਖੜੇ ਨਾ ਜਾਈਏ ਅਤੇ ਦੱਸਿਆ ਵੀ ਪਤਾ ਹੀ ਨਹੀਂ ਲੱਗਦਾ ਵੀ ਇੱਧਰ ਜਾਣਾ ਕਿ ਇੱਧਰ ਜਾਣਾ ਅਤੇ ਸਮਝ ਹੀ ਨਹੀਂ ਆਉਂਦੀ ਵੀ ਕੋਈ ਪਤਾ ਕਿੱਧਰ ਜਾਣਾ ਅਸੀਂ ਤਕਰੀਬਨ ਜ਼ਿਆਦਾ ਜਿਹੜਾ ਨਾ ਕੈਂਪਾਂ 'ਚ ਵੀ ਸਾਨੂੰ ਇਹ ਤਾਂ ਜਿਹੜਾ ਸਫ਼ਰ ਚਲੋ 10 ਦਿਨ ਲੱਗ ਗਏ ਹੋਣਗੇ 15 ਲੱਗ ਗਏ ਹੋਣਗੇ ਖੱਜਲ ਖੁਆਰ ਹੁੰਦੇ ਹਾਂ ਤੁਸੀਂ ਲੁਕਦੇ ਲੁਕਾਉਂਦੇ ਹਾਂਜੀ ਪਹੁੰਚ ਗਏ ਅੰਮ੍ਰਿਤਸਰ ਕੈਂਪ ਦੇ ਵਿੱਚ ਹਾਂਜੀ ਫਿਰ ਅੰਮ੍ਰਿਤਸਰ ਕੈਂਪ ਦੇ ਵਿੱਚ ਕਿੰਨਾ ਟਾਈਮ ਕਾਫੀ ਮੇਰਾ ਖਿਆਲ ਹੈ 1.5 ਮਹੀਨਾ ਉੱਥੇ ਰਹਿਣ ਦਿਓ ਕਿ ਇਕੱਠੇ ਕਰ ਲਿਆਉਂਦੇ ਜ਼ਿਆਦਾ ਹੋਣੇ ਤਾਂ ਫਿਰ ਹੀ ਲੈ ਕੇ ਜਾਣਾ ਸੀ ਉਹਨਾਂ ਨੇ ਅੱਛਾ ਫਿਰ ਲਾਹੌਰ ਵਾਹਵਾ ਅਸੀਂ ਕੋਈ 1-2 ਮਹੀਨੇ ਇੱਥੇ ਲਾਹੌਰ ਰਹੇ ਪਤਾ ਹੀ ਨਹੀਂ ਸੀ ਸਾਡਾ ਕੋਈ ਹੈ ਕਿ ਨਹੀਂ ਹੈਗਾ ਅਤੇ ਤੁਸੀਂ ਯਾਨੀ ਕਿ ਇਕੱਲੀ ਜਿੰਦ ਤੁਹਾਨੂੰ ਨਹੀਂ ਪਤਾ ਅਤੇ ਸਾਡੇ ਮਾਂ ਪਿਓ ਕਿੱਥੇ ਨੇ ਕੋਈ ਪਤਾ ਨਹੀਂ ਬਿਲਕੁਲ ਨਹੀਂ ਪਤਾ ਮਾਂ ਪਿਓ ਨੂੰ ਪਤਾ ਸੀ ਉਹ ਕਤਲੇਆਮ ਹੋ ਗਏ ਆ
ਤੇ ਸਾਨੂੰ ਨਹੀਂ ਪਤਾ ਵੀ ਉਹਨਾਂ ਨੂੰ ਕੀ ਹੋਇਆ। ਉਹ ਥੋੜ੍ਹੀ ਕੋਈ ਕਹਾਣੀ ਦੱਸੋ, ਥੋੜ੍ਹਾ ਕੋਈ ਪਿੱਛੇ ਲਿਜਾ ਕੇ ਜਦੋਂ ਤੁਹਾਡਾ ਅੱਬੂ ਤੁਹਾਨੂੰ ਤੁਹਾਡੇ ਨਾਨਕਿਆਂ 'ਤੇ ਛੱਡ ਕੇ ਵਾਪਸ ਪਿੰਡ ਆ ਗਏ ਨੇ, ਅਤੇ ਫਿਰ ਕੀ ਬਣਿਆ ਕੀ ਉੱਥੇ? ਜਦੋਂ ਸਾਨੂੰ ਸਾਡਾ ਬਾਪ ਇੱਥੇ ਨਾਨਕਿਆਂ 'ਤੇ ਛੱਡ ਕੇ ਗਿਆ ਨਾ ਜੀ, ਅਤੇ ਉਹ ਵਾਪਸ ਚਲੇ ਗਏ ਉੱਥੇ, ਜਿਵੇਂ ਵੀ ਉਹ ਲੋਕ ਛੱਪ ਕੇ ਗਿਆ, ਕੁਛ ਨਹੀਂ ਹੋਇਆ। ਇੱਥੋਂ ਉਹ ਚਲੇ ਗਏ, ਉਹ ਪਿੰਡ ਸੀ ਰਸੂਨਪੁਰ, ਉੱਥੇ 12-14 ਪਿੰਡ ਇਕੱਠੇ ਹੋਏ ਸੀ ਕੈਂਪ ਮੁਸਲਮਾਨਾਂ ਦੇ। ਅੱਛਾ, ਉੱਥੇ ਫਿਰ ਲੜਾਈ ਹੁੰਦੀ ਰਹੀ। ਜਦੋਂ ਜਸਾ ਪੈਂਦਾ ਸੀ ਨਾ, ਬਾਹਰ ਆਉਂਦੇ ਸੀ ਬੀਬੀਆਂ ਨੂੰ ਅੰਦਰ ਦੇ ਕੇ, ਅਤੇ ਉਹ ਪਿੰਡੋਂ ਬਾਹਰ ਨਿਕਲ ਕੇ ਜਾ ਕੇ ਲੜਦੇ ਸੀ ਮੁਸਲਮਾਨ ਜਿੰਨੇ ਸੀ। ਅੱਛਾ, ਉੱਥੇ ਜਾ ਕੇ ਮਰਨ ਜਾਂ ਜਿਹਨੂੰ ਨੱਠ ਜਾਂਦੇ, ਫਿਰ ਇਹ ਮਾਰਦੇ ਸੀ, ਉਹ ਨੱਠ ਜਾਂਦੇ, ਇਹਨਾਂ ਤੋਂ ਪਤਾ ਸਾਡਾ ਗੁਜ਼ਾਰਾ ਹੀ ਨਹੀਂ, ਇਹ ਮਰਨਾ। ਉਹ ਫਿਰ ਡਰਦੇ ਨੱਠ ਜਾਂਦੇ, ਕੋਈ ਹਥਿਆਰ ਜਿਹੜੇ ਕੁਹਾੜੀ ਸੋਟਾ ਉਹਨਾਂ ਦੇ ਖੋਹਦੇ, ਮਾਰਦੇ ਰਹੇ ਵੀ ਇੰਨਾ, ਕਿਹੜੇ ਨਹੀਂ ਮਾਰੇ। ਅਖੀਰ ਜਦੋਂ ਉਹਨਾਂ ਵੇਖਿਆ ਨਾ ਵੀ ਸਿੱਖਾਂ ਨੇ ਸਾਡੀ ਪੇਸ਼ ਨਹੀਂ ਜਾਂਦੀ, ਫਿਰ ਉਹਨਾਂ ਡੋਗਰਾ ਮਿਲਟਰੀ ਵੀ ਆਉਂਦੀ ਨਾਲ। ਅੱਛਾ, 15 ਪਿੰਡਾਂ 'ਚ ਦੁਨੀਆ ਥੋੜ੍ਹੀ ਹੁੰਦੀ ਹੈ, ਬੜੀ ਹੁੰਦੀ ਹੈ। ਉੱਥੇ ਫਿਰ ਗੋਲੀ ਉਹਨਾਂ ਭਰਾਈ ਮੀਂਹ ਵਾਂਗੂ। ਉਹ ਸਾਡਾ ਜਿਹੜਾ ਤਾਏ ਦਾ ਪੁੱਤਰ ਸੀ, ਇਹ ਗੱਲ ਸਾਰੀ ਸਾਨੂੰ ਉਹਨੇ ਦੱਸੀ ਵੀ ਇੰਝ ਉੱਥੇ ਹੋਇਆ। ਉਹ ਫਿਰ ਜਦੋਂ ਮਿਲਟਰੀ ਆਈ, ਉਹਨੇ ਸਿੱਧੀ ਗੋਲੀ ਚਲਾਈ, ਸਿੱਧੀ ਗੋਲੀ ਉਹਨਾਂ 'ਤੇ ਚਲਾਈ ਫਿਰ। ਅੱਛਾ, ਉਹ ਆਉਂਦਾ ਵੀ ਸਾਡੇ ਬਾਪ ਨੂੰ ਉਹਨੇ ਦੱਸਿਆ, ਆਉਂਦਾ ਮੈਂ ਉਹਨੂੰ ਗੋਲੀ ਵੱਜੀ। ਸਾਡੇ ਕੋਲ ਹਥਿਆਰ ਤਾਂ ਆਉਂਦਾ ਹੈ ਨਹੀਂ, ਕੋਈ ਸੋਟੇ ਲੱਕੜ ਤਾਂ ਖੋਏ ਖਾਏ ਹੈਗੇ ਸੀ। ਉੱਥੇ ਆਉਂਦਾ ਮੈਂ ਵੇਖਿਆ ਸ਼ਹੀਦ ਹੁੰਦਾ, ਫਿਲਹਾਲ ਉਦੋਂ ਅਜੇ ਸਾਹ ਹੈ ਸੀ। ਉਹ ਆਉਂਦਾ ਮੈਂ ਸਬਰ ਕਰਨਾ, ਇੰਨੇ ਭਰਾ ਮਾਂ ਪਿਓ ਹਰ ਸ਼ਾਇਦ ਸਬਰ, ਉਹ ਸੱਤ ਭਰਾ ਇੰਝ ਦੇ ਹਰ ਬੰਦੇ ਤੋਂ ਇੱਕ ਭਾਰੂ ਸੀ ਉਹ। ਉਹ ਆਉਂਦਾ ਮੈਂ ਵੀ ਤਾਂ ਸਬਰ ਕਰਨਾ ਹੀ ਆ। ਜਦੋਂ ਡੋਗਰਾ ਮਿਲਟਰੀ ਆਈ ਬੰਦਿਆਂ ਨੂੰ, ਤਾਂ ਉਹਨਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ, ਅਤੇ ਜਿਹੜੀਆਂ ਬੀਬੀਆਂ ਸਨ ਉਹਨਾਂ ਦੇ ਨਾਲ ਕੀ ਹੋਇਆ? ਉਹ ਡੋਗਰਾ ਮਿਲਟਰੀ ਇਕੱਲੀ ਨਹੀਂ ਸੀ ਨਾ, ਨਾਲ ਉਹ ਜਸੇ ਵੀ ਸੀ। ਅੱਛਾ, ਉਹ ਡੋਗਰਾ ਮਿਲਟਰੀ ਤਾਂ ਇਸ 'ਚ ਆਏ ਵੀ ਉਹ ਮਰਨ ਮਾਰਨ 'ਤੇ ਆਉਂਦੇ ਸਾਡੇ ਕੋਲੋਂ, ਅਤੇ ਉਹ ਸਾਨੂੰ ਮਾਰਦੇ ਆ। ਉਹਨਾਂ ਲਿਆਉਣ ਕੇ ਬੰਦੇ ਮਰਵਾਏ ਉਹਨਾਂ ਨੇ, ਉਹਨਾਂ ਨੇ ਫਿਰ ਘਰ ਲੁੱਟਣੇ ਸੀ ਨਾ, ਘਰ ਕੇ ਲੁੱਟਣੇ, ਬਾਹਰ ਹੀ ਸੀ ਸਾਰਾ ਕੁਝ ਪਿਆ। ਹਾਂਜੀ, ਅਤੇ ਉਹ ਜਸਾ ਫਿਰ ਪਿਆ, ਅਤੇ ਉਹਨਾਂ ਨੇ ਆਖਿਆ ਬੂਹੇ ਖੋਲਣ, ਜਨਾਨੀਆਂ ਲੈ ਜਾਈਏ ਜਾਂ ਸਮਾਨ ਉਰਾਂ ਪਰਾਂ। ਜਨਾਨੀਆਂ ਬੂਹੇ ਨਹੀਂ ਖੋਲ੍ਹੇ, ਨਾਲ ਚਿੰਬੜੀਆਂ ਰਹੀਆਂ 10-15 ਜਾਂ ਕੁੰਡੇ ਵੱਜੇ ਰਹੇ। ਉਹਨੇ ਛੱਤਾਂ ਪਾੜ ਕੇ ਅੱਗਾਂ ਲਾ ਦਿੱਤਾ, ਮਰ ਗਏ ਉੱਥੇ। ਜਦੋਂ ਉੱਤੋਂ ਅੱਗ ਲਾਈ ਹੋਵੇ ਤਾਂ ਬਚਦਾ ਕੀ, ਜਨਾਨੀ ਬਾਹਰ ਨਹੀਂ ਕੋਈ ਨਿਕਲੀ। ਅੱਛਾ, ਉੱਥੇ 8 ਦਿਨ ਲੜਾਈ ਹੁੰਦੀ ਰਹੀ ਆ, ਇੱਕ ਦਿਨ ਤਾਂ ਨਹੀਂ ਤਾਂ ਅੱਜ ਹੀ ਹੋਈ ਹੈ। ਜਿਹਨੂੰ ਜਸਾ ਆਉਂਦਾ ਬਾਹਰ ਨਿਕਲ ਆਉਂਦੇ ਸੀ, ਲੜਦੇ ਸੀ ਆਣ ਕੇ, ਕੋਈ ਇਹ ਸ਼ਹੀਦ ਹੋ ਗਏ, ਕੋਈ ਉਹਨਾਂ ਨੇ ਮਾਰ ਸੁੱਟੇ। ਅੱਛਾ, ਅਤੇ ਜਨਾਨੀਆਂ ਨੂੰ ਉਦੋਂ ਵੀ ਅੰਦਰ ਦੇ ਕੇ ਜਾਂਦੇ ਵੀ ਤੁਸੀਂ ਨਹੀਂ ਬਾਹਰ ਨਿਕਲ, ਇਹ ਹੀ ਨਾ ਭੇਜ ਲੈ ਜਾਣਗੇ ਫੜ ਕੇ। ਤੁਹਾਡੇ ਘਰ ਦੇ ਕਿੰਨੇ ਜੀ ਉੱਥੇ ਰਸੂਲਪੁਰ ਮਾਰੇ ਗਏ? 2 ਭੈਣਾਂ, ਇੱਕ ਮੇਰਾ ਭਾਈ, ਇੱਕ ਮੇਰੀ ਵਾਲਦਾ, ਇੱਕ ਮੇਰਾ ਵਾਲਦ। ਇਹ ਪੂਰੀ ਦਾਸਤਾਨ ਹੈ ਨਾ ਜਿਹੜੀ, ਸੁਣ ਦੇ ਕਾਬਲ ਨਹੀਂ ਨਾ ਸੁਣਾਈ ਜਾਂਦੀ ਹੈ, ਅਤੇ ਮੈਂ ਪਤਾ ਕਿਹੜੇ ਹੌਸਲੇ ਨਾਲ ਸੁਣਾਉਣ ਡਿਆ। ਬਿਲਕੁਲ ਬਿਲਕੁਲ, ਇਹ ਤਾਂ ਜਿਹਦੇ ਨਾਲ ਇਹ ਹੱਡ ਬੀਤੀ ਹੋਵੇ ਉਹ ਇਹਨੂੰ ਸਮਝ ਸਕਦਾ ਨਾ। ਮੇਰੀਆਂ ਅੱਖਾਂ ਦੇ ਸਾਹਮਣੇ ਸਾਰਾ ਸੀਨ ਚੱਲਣ ਡਿਆ, ਹੁਣ ਵੀ ਉਸੇ ਤਰ੍ਹਾਂ ਹੀ, ਜਿਵੇਂ ਜਿਵੇਂ ਕੰਮ ਹੋਇਆ, ਜੋ ਜੋ ਰਾਹਾਂ 'ਚ ਅੱਗੇ ਪਿੱਛੇ, ਇੱਦਾਂ ਜਿਵੇਂ ਉਹ ਬੱਚਾ ਬੈਠਾ, ਇੱਦਾਂ ਬੱਚੇ ਭਾਏ ਸੀ ਸੜਕਾਂ ਦੇ ਉੱਤੇ, ਰਾਤ ਰੋਂਦਾ ਬੱਚਾ ਨਿੱਕਾ ਜਿਹੜਾ, ਜਨਾਨੀ ਨੂੰ ਕਹਿੰਦੀ ਚੱਲ ਸਾਨੂੰ ਮਰਵਾਏਗੀ ਉੱਥੇ ਜਾ ਕੇ। ਲੋਕ ਪਤਾ ਨਹੀਂ ਰਾਤ ਪੱਤੇ ਖਾ ਕੇ ਗੁਜ਼ਰ ਕਰਦੇ, ਕਦ ਕਿੰਨੀ ਕਿੰਨੀ ਚਿਰੀ, ਕਿੱਥੇ ਕਿੱਥੇ, ਕਿਵੇਂ ਕਿਵੇਂ ਆਏ। ਕੋਈ ਰਹਿਮ ਦਿਲ ਵੀ ਲੜ ਪੈਂਦਾ ਹੋਊਗਾ ਜਿਹੜਾ ਕਿਸੇ ਨੂੰ ਇੱਧਰ ਉੱਧਰ ਪਹੁੰਚਾ ਦਿੰਦਾ ਹੋਏਗਾ। ਅੰਮ੍ਰਿਤਸਰ ਕੈਂਪ ਤੋਂ ਫਿਰ ਤੁਸੀਂ ਕਿਵੇਂ ਨਿਕਲੇ? ਉੱਥੋਂ ਫੌਜੀਆਂ ਨੇ ਲਿਆਂਦਾ, ਇੱਧਰ ਨੂੰ ਫੌਜੀ ਲਾਹੌਰੋਂ ਜਾਂਦੇ ਪੈਦਲ ਤੁਸੀਂ ਗਏ? ਨਹੀਂ ਨਹੀਂ, ਉੱਥੋਂ ਗੱਡੀਆਂ 'ਤੇ ਲੈ ਕੇ ਆਏ ਸਰ। ਗੱਡੀਆਂ 'ਤੇ ਆਏ ਜਾਂ ਰੇਲ ਗੱਡੀ 'ਤੇ? ਨਹੀਂ ਨਹੀਂ, ਗੱਡੀਆਂ 'ਤੇ, ਬੱਸਾਂ 'ਤੇ। ਅੱਛਾ, ਕਾਫੀ ਬੱਸਾਂ ਸੀ ਜਿਹਨਾਂ 'ਤੇ ਉਹ ਲਿਆਉਣ ਕੇ, ਅਤੇ ਫਿਰ ਇੱਥੇ ਕੈਂਪ ਹੀ ਛੱਡਿਆ ਉਹਨਾਂ ਨੇ ਇੱਥੇ ਲਾਹੌਰ ਵਾਲਟਨ। ਵਾਲਟਨ ਬੜਾ ਚਿਰ ਇੱਥੇ ਵੀ, ਜਿੰਨਾ ਚਿਰ ਕੋਈ ਸਾਡਾ ਕੋਈ ਵਾਰਸ ਨਹੀਂ ਆਉਂਦਾ ਉਹ ਨਹੀਂ ਦਿੰਦੇ। ਅੱਛਾ, ਐਵੇਂ ਤਾਂ ਨਹੀਂ ਦੇ ਦਿੰਦੇ ਕਿਸੇ ਨੂੰ। ਉਹ ਵੀ ਦੱਸੇ ਜਦੋਂ ਭਾਈ ਗਿਆ ਵਾ ਨਾ, ਅਤੇ ਮੈਂ ਉਹ ਉੱਥੇ ਆਉਂਦੇ, ਅਤੇ ਮੈਂ ਸਿਆ ਗਿਆ, ਮੈਂ ਰੋਣਾ ਸ਼ੁਰੂ ਕਰ ਦਿੱਤਾ। ਮੇਰਾ ਨਾਂ ਉਲਟ ਪੁਲਟ ਉਹਨਾਂ ਲਿਖਿਆ ਸੀ ਕੈਂਪ ਵਾਲਿਆਂ ਨੇ, ਮੈਂ ਮੇਰੇ ਰੋਣਾ ਵੇਖ ਕੇ ਉਹਨਾਂ ਆਖਿਆ ਵਾਕਈ ਜਿਹੜਾ ਭਰਾ ਵਾ ਵੀ ਉਹ ਉੱਥੇ ਆਉਣ ਡਿਆ ਨੇ, ਇੱਥੋਂ ਵੇਖ ਕੇ ਰੋਣਾ ਸ਼ੁਰੂ ਕਰਿਆ ਹੈ ਜੀ, ਦੇ ਦਿੱਤਾ। ਇਹ ਕਿੰਨੇ ਚਿਰ ਬਾਅਦ ਭਰਾ ਦੇ ਨਾਲ ਮੁਲਾਕਾਤ ਹੋਈ? ਮੇਰਾ ਖਿਆਲ ਹੈ ਜੀ 5-6 ਮਹੀਨੇ ਲੰਘ ਗਏ। ਅਤੇ 5-6 ਮਹੀਨੇ ਤੁਸੀਂ ਉਹ ਕੈਂਪ ਦੇ ਵਿੱਚ, ਉਹ ਅੰਮ੍ਰਿਤਸਰ ਵਾਲੇ ਕੈਂਪ 'ਚ ਵੀ, ਇੱਥੇ ਕਾਫੀ ਦੇਰ ਰਹੇ ਹੋ? ਅੱਛਾ,
क्योंकि पता ही नहीं लगता कोई वारस आउंदा तो सानू कहे ने करना है। ਤੁਹਾਡੇ ਨਾਲ ਤੁਹਾਡੀ ਫੁੱਫੀ ਨਹੀਂ ਸੀ ਆਈ ਇੱਥੇ ਕੈਂਪ ਚ? ਨਹੀਂ ਫੁੱਫੀ ਨਹੀਂ, ਉਹ ਪਹਿਲਾਂ ਆ ਗਏ, ਪਹਿਲਾਂ ਆ ਗਏ ਸੀ। ਅੱਛਾ, ਕੈਂਪ ਚ ਇੱਦਾਂ ਨਾ ਵੀ ਕੋਈ ਜੀ ਜਿਹੜੇ ਪਹਿਲਾਂ ਆ ਜਾਂਦੇ ਜਿੰਨੇ ਗੱਡੀਆਂ 'ਚ ਬਹਿੰਦੇ ਸੀ, ਹਾਂਜੀ, ਜਿਹੜੇ ਬਹਿ ਗਏ ਅਤੇ ਤੁਸੀਂ ਰਹਿ ਗਏ ਅਤੇ ਰਹਿ ਗਏ, ਫਿਰ ਜਿੱਦਣ ਵਾਰੀ ਆਊਗੀ ਫਿਰ ਸਹੀ। ਇੰਝ ਕੋਈ ਜੀ ਆ ਜਾਂਦੇ ਕੋਈ ਰਹਿ ਜਾਂਦੇ ਸੀ। ਅੱਛਾ, ਉੱਥੇ ਕਾਫੀ ਇਕੱਠੇ ਕਰਕੇ ਅਤੇ ਕਾਫੀ ਗੱਡੀਆਂ ਕੱਢਦੇ ਹੁੰਦੇ ਫਿਰ ਭਰ ਕੇ, ਇਹ ਨਹੀਂ ਵੀ 15 ਜੀ ਆਏ ਅਤੇ ਉਹਨਾਂ ਲਾਹੌਰ ਛੱਡ ਦੇਣਾ, ਨਹੀਂ। ਉੱਥੇ ਕਾਫੀ ਜੀ ਜਮ੍ਹਾਂ ਕਰਕੇ ਪਿੰਡਾਂ 'ਚੋਂ ਜੀ ਕਰੇ, ਭਾਵੇਂ 2 ਮਹੀਨਿਆਂ ਨੂੰ ਹੋਣ, 3 ਨੂੰ ਹੋਣ, ਪਰ ਮਹੀਨੇ ਕੁ ਬਾਅਦ ਜਿਹੜੇ ਆ ਨਾ ਜੀ ਜਿਹੜੇ ਛੱਡ ਜਾਂਦੇ ਸੀ ਲਾਹੌਰ। ਇੱਥੇ ਜਦੋਂ ਤੁਹਾਡਾ ਭਰਾ ਪਹੁੰਚਿਆ ਕੈਂਪ 'ਚ, ਜੀ ਤੁਸੀਂ ਦੂਰੋਂ ਧਿਆਨ ਲਿਆ? ਹਾਂਜੀ, ਫਿਰ ਇਹਨੇ ਫਿਰ ਲਿਖ ਕੇ ਦਿੱਤਾ ਨਾ। ਅੱਛਾ, ਫਿਰ ਸਾਰੇ ਤੁਸੀਂ ਦੋਵੇਂ ਭੈਣ ਭਰਾ ਜਿਹੜੇ ਸੀ ਆ ਗਏ। ਅੱਛਾ, ਫਿਰ ਉਸ ਤੋਂ ਬਾਅਦ ਉੱਥੋਂ ਤੁਸੀਂ ਨਿਕਲੇ ਅਤੇ ਫਿਰ ਕਿੱਥੇ ਪਹੁੰਚੇ? ਉੱਥੇ ਫੈਸਲਾਬਾਦ 64 ਬਨਾਲਾ, ਉੱਥੇ ਸਾਡਾ ਚਾਚਾ ਰਹਿੰਦੇ, ਉਹ ਪਹਿਲਾਂ ਆਇਆ ਸੀ। ਅੱਛਾ, ਦੋ ਕੁ ਸਾਲ 47 ਤੋਂ ਪਹਿਲਾਂ ਇੱਥੇ ਆਇਆ। ਅੱਛਾ, ਉੱਥੇ ਲੈ ਕੇ ਗਿਆ, ਉੱਥੇ ਅਸੀਂ ਪੁੱਛਿਆ ਮਾਂ ਪਿਓ ਕਿੱਥੇ ਆ, ਉਹਨੇ ਆਖਿਆ ਮੈਂ ਵੀ ਇਸੇ ਕੰਮ ਨੂੰ ਰੋਂਦਾ ਫਿਰਦਾ, ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਆ, ਅਤੇ ਚੈਨ ਹੀ ਨਹੀਂ ਆਉਂਦਾ। ਜਿਹਦਾ ਮਾਂ ਪਿਓ ਹੀ ਨਾ ਹੋਵੇ, ਕੋਈ ਜੀ ਨਾ ਹੋਵੇ, ਉਹਨੂੰ ਚੈਨ ਕਿੱਥੋਂ ਆਉਣਾ ਵਾ? ਉਹ ਕਦੀ ਕਿਤੇ ਫਿਰ ਫੌਜੀਆਂ ਕੋਲ ਚਲ ਜਾਂਦਾ ਰੋਣਾ, ਉਹਨਾਂ ਕੋਲ ਜਾ ਕੇ ਉਹ ਫਿਰ ਲੈ ਜਾਂਦੇ ਸੀ ਨਾਲ ਇੰਡੀਆ 'ਚ, ਵੀ ਆ ਲੱਭ ਕੇ ਲਿਆ। ਸਾਲ ਭਰ ਉਹ ਇੰਝ ਹੀ ਲੱਭਦਾ ਰਿਹਾ, ਆਪਣਾ ਜੀ ਨਹੀਂ ਕੋਈ ਲੱਭਾ, ਹੋਰ ਬੜੇ ਜੀ ਲਿਆਉਂਦੇ ਉਹਨੇ। ਅੱਛਾ, ਆਪਣੇ ਨਹੀਂ ਲੱਭ ਸਕੇ? ਲੱਭੇ ਤਾਂ ਕੋਈ ਪਤਾ ਕਿੱਥੇ ਆ, ਇਹ ਤਾਂ ਪਤਾ ਹੀ ਨਹੀਂ ਸੀ ਨਾ। ਸਾਨੂੰ ਪਤਾ ਹੁੰਦਾ ਤਾਂ ਫਿਰ ਉਹ ਜਿਹੜੀ ਸਾਡੀ ਫੁੱਫੀ ਦੀ ਧੀ ਸੀ ਨਾ, ਉਹ ਜ਼ਿਆਦਾ ਕਰਕੇ ਉਹਦਾ ਚਾਰਾ ਮਾਰਦਾ ਸੀ ਵੀ ਕਿਤੇ ਵੀ ਨਸੂਰ ਲੱਗੇ, ਉਹ ਪਤਾ ਨਹੀਂ ਕਿੱਧਰ ਨੂੰ ਲੈ ਗਏ ਕੁੜੀ ਜਿਹੜੇ, ਹੁਣ ਤੱਕ ਵੀ ਨਹੀਂ ਉਹਨੇ। ਉਹ ਫੁੱਫੀ ਦੀ ਧੀ ਦਾ ਕੀ ਨਾਂ ਸੀ? ਰਮਜਾਨ, ਜਾਨੋ ਕਹਿੰਦੇ ਸੀ, ਜਵਾਨ ਸੀ, ਰਮਜ਼ਾਨਾ ਬੀਬੀ, ਸ਼ਾਦੀ ਸ਼ੁਦਾ ਸੀ। ਅੱਛਾ, ਰਮਜ਼ਾਨਾ ਬੀਬੀ ਦੇ ਅੱਬੂ ਦਾ ਕੀ ਨਾਂ ਸੀ? ਬਾਬਾ, ਉਹ ਨਾ ਮਹਿੰਗਾ ਸੀ, ਬਾਬਾ ਮਹਿੰਗਾ, ਬਾਬਾ ਮਹਿੰਗਾ। ਅੱਛਾ, ਸਾਡੇ ਮਾਮੇ ਦਾ ਨਾਂ ਖੁਦਾ ਬਖਸ਼ ਸੀ। ਅੱਛਾ, ਉਹ ਫੁੱਫੀ ਦੀ ਧੀ ਅੱਜ ਤੱਕ ਨਹੀਂ ਪਤਾ ਚੱਲਿਆ? ਪਿਓ ਦਾ ਇਹਦੇ ਗਮ ਨਾਲ ਮਰ ਗਿਆ, ਪੁੱਤਦੀ ਨਹੀਂ ਕਿਸੇ ਵੇਲੇ, ਉਹਦਾ ਬੱਚਾ ਕੋਈ ਨਹੀਂ, ਧੀਆਂ ਹੀ, ਉਹਦਾ ਨਹੀਂ ਪਤਾ ਚੱਲਿਆ। ਸਾਡਾ ਜਿਹੜਾ ਭਾਈ ਮੇਰਾ ਜ਼ਿਆਦਾ ਉਹਦਾ ਕਰਕੇ ਦਾ, ਬਾਕੀ ਜਿਹੜੇ ਲੱਭਣਗੇ ਲੱਭਣਗੇ, ਉਹ ਸੂਸ ਆ ਲੈ ਕੇ ਨਾ ਵੀ ਕਿੱਥੇ ਆ ਕਿੱਥੇ ਆ ਕਿੱਥੇ ਆ, ਉਹ ਨਹੀਂ ਜਿੱਥੇ ਕਿਤੇ ਮਾੜੀ ਜਿਹੀ ਸੂਟ ਆ ਗਈ ਉੱਥੇ ਫੌਜੀ ਲੈ ਜਾਂਦਾ ਸੀ, ਫੌਜੀ ਆ ਕੇ ਲੱਗਦੇ ਰੋਂਦਾ ਸੀ, ਇਹ ਤਰਸ ਕਰਦੇ ਸੀ ਉਹ, ਹਾਲਾਂਕਿ ਉੱਧਰ ਸਿਫਤ ਬੰਦਾ ਤਾਂ ਦੁਬਾਰੇ ਜਾਣ ਹੀ ਨਹੀਂ ਦਿੰਦੇ, ਫੌਜੀ ਲੈ ਜਾਂਦੇ ਸੀ ਇਹਨੂੰ। 3 ਮਹੀਨੇ ਖੱਜਲ ਹੁੰਦਾ ਰਿਹਾ, ਬੜਾ ਰੋਇਆ, ਖੱਜਲ ਵੀ ਹੋਇਆ, ਆਪਣਾ ਜੀ ਕੋਈ ਨਹੀਂ ਲੱਭਾ ਇਹਨੂੰ। ਹੁਣ ਕੈਂਪ 'ਚ ਇਹਨੂੰ ਪਤਾ ਨਹੀਂ ਵੀ ਉਹ ਇੱਥੇ ਆ ਗਏ, ਉੱਥੇ ਵੀ ਨਹੀਂ ਪਤਾ, ਇੱਥੇ ਵੀ ਨਹੀਂ ਪਤਾ, ਇੱਥੇ ਅਸੀਂ ਵੀ ਰੋਂਦੇ ਹਾਂ ਅਤੇ ਅਸੀਂ ਹੁਣ ਕਿੱਧਰ ਜਾਈਏ, ਸਾਡਾ ਹੈ ਹੀ ਕੋਈ ਨਹੀਂ, ਪਤਾ ਨਹੀਂ ਕਿੱਥੇ ਹੈਗੇ, ਆ ਗਏ ਆ ਨਹੀਂ ਆ ਗਏ, ਕੀ ਹੋਇਆ ਕੀ ਨਹੀਂ। ਇਸ ਤੋਂ ਇਲਾਵਾ ਵੀ ਤੁਹਾਡੇ ਕੋਈ ਜੀ ਉੱਥੇ ਰਹਿ ਗਏ? ਹਾਂ, ਮੇਰੇ ਭਣੋਈਏ ਦੀ ਭੈਣ ਅਤੇ ਉਹਦਾ ਭਣੋਈਆ ਉਹ ਉੱਧਰ ਰਹਿ, ਇਹ ਮੇਰਾ ਭਣੋਈਆ ਗਿਆ ਵੀ ਉੱਧਰ, ਉਹਨੂੰ ਮਿਲ ਮੁੜ ਕੇ ਆਇਆ ਉਦੋਂ ਜਿਹੜਾ ਅਮਨ ਹੋ ਗਿਆ ਬਾਹਰ, ਕਾਫੀ 20-30 ਸਾਲ ਬਾਅਦ ਗਿਆ ਹੈ। ਅੱਛਾ, ਉਹ ਕਿੱਥੇ ਰਹਿ ਗਏ ਸਨ? ਇੰਡੀਆ 'ਚ ਰਹਿ ਗਏ। ਕਿਹੜੇ ਸ਼ਹਿਰ 'ਚ? ਉਹ ਬਟਾਲੇ ਰਹਿੰਦੇ ਸੀ, ਗਹਿਰੀ ਗਦਲੀ ਲੱਗ ਗਏ ਸੀ। ਅੱਛਾ, ਗਹਿਰੀ ਗਦਲੀ ਮਸ਼ਹੂਰ ਆ ਇਹ ਪਿੰਡ ਇਕੱਠੇ, ਗਹਿਰੀ ਗਦਲੀ ਬਟਾਲਾ। ਅੱਛਾ, ਉਹ ਜਿਹੜੀ ਭੈਣ ਤੁਹਾਡੇ ਭਨੋਈਏ ਦੀ, ਉਹਦਾ ਕੀ ਨਾਂ ਸੀ? ਮੰਦਾ, ਮੰਦਾ। ਹਾਂ, ਅਤੇ ਜਿਹੜਾ ਭਨਵਈਆ ਸੀ ਉਹਨੂੰ ਸਿੱਧੂ ਆਉਂਦੇ ਸੀ, ਬਾਕੀ ਨਹੀਂ ਪਤਾ ਸੀ ਉਹਦੇ ਨਾਂ ਸੀ। ਅੱਛਾ, ਸਿੱਧੂ ਆਉਂਦੇ, ਮੇਰੇ ਭਨਵਈਏ ਨੇ ਮੈਨੂੰ ਦੱਸਿਆ। ਉਹਨੇ ਪੁੱਤਰ ਦਾ ਕੀ ਨਾਂ ਸੀ? ਰੁਲਦੂ। ਰੁਲਦੂ, ਵੰਡ ਤੋਂ ਬਾਅਦ ਕਦੀ ਇੱਧਰ ਤੁਹਾਨੂੰ ਮਿਲਣ ਨਹੀਂ ਆਏ? ਤੁਸੀਂ ਗਏ ਹੋ ਇੱਕ ਵਾਰ? ਇੱਕ ਵਾਰ ਬਾਬਾ ਹੀ ਗਿਆ, ਮੇਰਾ ਭਨਵਈਆ ਹੀ ਗਿਆ। ਅੱਛਾ ਅੱਛਾ, ਤੁਸੀਂ ਫਿਰ ਫੈਸਲਾਬਾਦ ਆਪਣੇ ਚਾਚੇ ਕੋਲ ਪਹੁੰਚ ਗਏ? ਹਾਂਜੀ। ਫਿਰ ਉਸ ਤੋਂ ਬਾਅਦ ਕਿੰਨੀ ਦੇਰ ਤੁਹਾਨੂੰ ਤੰਗ ਰਹੀ, ਤੁਸੀਂ ਲੱਭਦੇ ਰਹਿ ਕੇ ਸ਼ਾਇਦ? ਤਕਰੀਬਨ ਘੱਟ ਤੋਂ ਘੱਟ ਇੱਕ ਸਾਲ, 1.5 ਸਾਲ ਤੰਗ ਰਹੀ ਸਾਨੂੰ ਵੀ ਇੱਧਰ ਹੋਣਗੇ ਉੱਧਰ ਹੋਣਗੇ ਉੱਧਰ। ਉਹ ਸਾਡੇ ਤਾਏ ਦਾ ਪੁੱਤਰ ਸੀ, ਸਰਗੁੱਧ ਦੇ ਚਲੇ ਗਿਆ, ਉੱਥੇ ਕੋਈ ਉਹਦਾ ਰਿਸ਼ਤੇਦਾਰਾਂ ਦਾ ਸੂਹ ਉਹਨੂੰ ਲੱਗੀ,
ਉਹ ਉੱਥੇ ਉਹ ਵੀ ਇੰਝ ਲੱਭਦਾ ਰਿਹਾ, ਉਹਨੂੰ ਪਤਾ ਲੱਗਾ ਇੱਥੇ ਇਹਦਾ ਪਤਾ ਇਹਦੇ ਚਾਚਾ ਉੱਥੇ ਆ, ਸੂਹ ਲੱਗੀ ਇੱਥੇ ਆਇਆ ਉਹ ਸਾਡੇ ਨਾਲ, ਤਾਂ ਉਹਨੇ ਡਿਸਕਸ ਸਾਰੀ ਰੋਣਾ ਪਿੱਟਣਾ ਕੀਤਾ ਵੀ ਮੇਰਾ ਕੱਖ ਨਹੀਂ ਰਿਹਾ, ਨਵੀਂ ਤਾਂ ਸਬਰ ਕਰਨਾ ਨਾ ਤੁਸੀਂ ਵੀ ਸਬਰ ਕਰੋ। ਉਹ ਆਇਆ ਅਤੇ ਲੂਹ ਲੈ ਕੇ ਹੀ ਵੀ ਮੈਂ ਚਲੋ ਉਹ ਚਾਚਾ ਵਾ ਅਤੇ ਕੋਈ ਹੌਸਲਾ ਅਫਜਾਈ ਉਹ ਜਿਹਨੂੰ ਇਕੱਲਾ ਬੰਦਾ ਹੋ ਜਾਵੇ ਫਿਰ ਉਹ ਆਵਾਜਾਰੀ 'ਚ ਹੁੰਦੀ ਆ, ਉਹ ਫਿਰ ਉੱਥੇ ਚਲੇ ਗਿਆ, ਉੱਥੇ ਟਿਕ ਗਿਆ 15 ਚਾਕਿਆ ਸਰਗੋਦੇ 'ਚ। ਅੱਛਾ, ਉੱਥੇ ਖੈਰ ਸਲਾਹ ਠੀਕ ਠਾਕ ਮਾਲਕ ਨੇ ਉਹਦੀ ਸੁਣੀ ਹਰ ਸ਼ੈ, ਉਹ ਸ਼ਾਦੀ ਸ਼ੁਦਾ ਸੀ ਉੱਧਰ ਹੀ, ਮਾਂ ਪਿਓ ਦੀ ਸਾਡੀ ਜਾਤ ਦਾਸਤਾਨ ਸਾਨੂੰ ਉਹਨੇ ਦੱਸੀ, ਅਸੀਂ ਤਾਂ ਅੱਖੀਂ ਵੇਖੀ ਨਹੀਂ, ਉਹਨੇ ਤਾਂ ਵਿਚਾਰੇ ਨੇ ਅੱਖੀਂ ਵੇਖਿਆ ਨਾ ਅਰਸ਼ਾ ਉੱਥੇ ਜੋ ਜੋ ਹਸ਼ਰ ਹੋਇਆ, ਜਿਵੇਂ ਉੱਥੇ ਆਉਂਦਾ ਲਾਸ਼ਾਂ ਇੰਨੀਆਂ ਸੀ ਵੀ ਜਿੰਨੀਆਂ ਜਿੰਨੀਆਂ ਲਾਸ਼ਾਂ ਤੋਂ ਨਹੀਂ, ਉਹਨੇ ਆਖਿਆ ਮੈਂ ਲੰਘ ਕੇ ਆਇਆ ਨਾ, ਤੁਸੀਂ ਕਦੀ ਅੱਖਾਂ ਨਾ ਵੇਖ ਲਓ ਤੁਹਾਨੂੰ ਰਾਤ ਨੀਂਦਰ ਨਾ ਆਵੇ। ਇਹ ਦੱਸੋ ਕਿ ਅੱਜ ਜਦੋਂ ਬਹਿੰਦੇ ਹੋ ਇਕੱਲਿਆਂ ਬਹਿੰਦੇ ਹੋ ਉਹ ਸਾਰਾ ਸੀਨ ਅੱਖਾਂ ਅੱਗੇ, ਹੁਣ ਵੀ ਮੇਰੇ ਉੱਦਾਂ ਹੀ ਆ ਉਸੇ ਤਰ੍ਹਾਂ ਸੀਨ ਪੇਰੀਆਂ ਅੱਖਾਂ ਅੱਗੇ, ਮੈਂ ਜਦੋਂ ਇੱਥੇ ਬਹਿ ਕੇ ਮੈਂ ਇੱਕ ਵਾਰੀ ਇਹਨਾਂ ਮੈਨੂੰ ਪੁੱਛਿਆ ਬੱਚਿਆਂ ਨੇ ਵੀ ਅੱਬਾ ਉਹ ਮਾਂ ਪਿਓ ਵਾਲੀ ਗੱਲ ਸੁਣਾ ਜੋ ਹੋਇਆ, ਮੈਂ ਕਿਹਾ ਮੈਨੂੰ ਨਾ ਪੁੱਛੋ, ਇਹਨੇ ਆਖਿਆ ਨਹੀਂ ਪੁੱਛ, ਮੈਨੂੰ 2 ਦਿਨ ਹੋਸ਼ ਨਹੀਂ ਆਏ। ਕਦੀ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ? ਹਾਂਜੀ, ਦਿਲ ਤਾਂ ਬੜਾ ਕਰਦਾ। ਕਦੀ ਕੋਸ਼ਿਸ਼ ਕੀਤੀ ਜਾਣ ਦੀ? ਨਹੀਂ, ਕੋਸ਼ਿਸ਼ ਨਹੀਂ ਕੀਤੀ। ਕਿਉਂ? ਪਤਾ ਕੀ ਗੱਲ ਆ? ਹਾਂਜੀ, ਮੇਰਾ ਜ਼ਖਮ ਤਾਜ਼ੇ ਹੋ ਜਾਣਗੇ, ਸ਼ਾਇਦ ਮੇਰੇ ਕੋਲ ਨਾ ਜਰਿਆ ਜਾਵੇ, ਇਸ ਵਾਸਤੇ ਨਹੀਂ ਤਾਂ ਜਦੋਂ ਸੂਤਰਾ ਤਾਂ ਲੱਗ ਵੀ ਜਾਂਦਾ ਤਾਂ ਜਾ ਚਲੇ ਵੀ ਜਾਣਾ ਹੈ। ਅੱਜ ਦਰਬਾਰਾਂ ਦਾ ਵੀ ਹੋ ਸਕਦਾ, ਦਰਬਾਰਾਂ 'ਤੇ ਮੈਂ ਜਾਂਦਾ ਵਾਂ, ਨਾਲ ਵੀ ਕਿਸੇ ਦੇ ਚਲ ਜਾਣਾ, ਮੇਰੇ ਕੋਲ ਦੁੱਖ ਜਰਿਆ ਨਹੀਂ ਜਾਂਦਾ। ਸਾਡੀਆਂ ਹਵੇਲੀਆਂ ਵੀ ਮੇਰੇ ਸਾਹਮਣੇ ਆ, ਘਰ ਵੀ ਸਾਹਮਣੇ ਆ, ਹਰ ਚੀਜ਼ ਸਾਹਮਣੇ, ਜਿਵੇਂ ਕਿ ਸਾਡਾ ਬਾਪ ਛੱਡ ਕੇ ਗਿਆ ਉਹ ਵੀ ਮੇਰੇ ਸਾਹਮਣੇ ਆ, ਨਾਨਕਿਆਂ ਦਾ ਵੀ ਜੋ ਕੁਛ ਹੋਇਆ ਉਹ ਵੀ ਮੇਰੇ ਸਾਹਮਣੇ ਆ, ਜਿਵੇਂ ਉੱਥੇ ਕਤਲੇਆਮ ਹੋਈ ਉਹ ਵੀ ਮੇਰੇ ਸਾਹਮਣੇ, ਜੋ ਰਾਹਾਂ 'ਚ ਕਤਲੇਆਮ ਹੋਈ ਲਾਸ਼ਾਂ 'ਤੇ ਕੀ, ਇੱਕ ਵੇਲੇ ਨਹਿਰਾਂ ਜਿਹੜੀਆਂ ਲੰਘਦੇ ਸੀ ਨਾ ਖੂਨ ਦੀਆਂ ਵਗਦੀਆਂ ਸੀ, ਲੋਕ ਪਤਾ ਨਹੀਂ ਉੱਥੇ ਕੀ ਕਿਵੇਂ ਬਚ ਬਚ ਕੇ ਇੰਨੇ ਦਿਨ ਕੱਢੇ, ਜੀ ਕਰੇ ਤਾਂ ਕਿੰਨਾ ਦੇ 2-2 ਮਹੀਨੇ ਜੰਗਲਾਂ 'ਚ ਲੰਘ ਗਏ, ਹੁਣ ਕਿਸੇ ਬੰਨੇ ਪਤਾ ਹੀ ਨਹੀਂ ਇੱਧਰ ਜਾਣਾ ਇੱਧਰ ਜਾਣਾ ਕਿੱਧਰ ਜਾਣਾ, ਚਲੋ ਕੋਈ ਖੁਦਾ ਤਰਸ ਕਿਸੇ ਨੇ ਕੀਤਾ ਉਹ ਤਾਂ ਕਿਸੇ ਰਾਹ ਪਾਤਾ ਹੋਏਗਾ। ਅਸਲ ਇਹ ਉਹ ਜਿਹੜਾ ਨਾ ਸੀਨ ਉਹ 47 ਵਾਲਾ ਸਾਰੀ ਸਾਰੀ ਬੰਦੇ ਦੇ ਵੱਸ ਦਾ ਰੋਗ ਨਹੀਂ, ਅਗਰ ਕਦੀ ਆਹ ਦੌਰ ਹੁੰਦਾ ਉਹ ਫਿਲਮ ਬਣੀ ਹੁੰਦੀ ਤਾਂ ਯਕੀਨ ਜਾਣ ਦੁਨੀਆ ਕਈ ਉਂਝ ਮਰ ਜਾਣੀ ਸੀ ਵੇਖ ਕੇ, ਕੋਈ ਥੋੜ੍ਹੀ ਜਿਹੀ ਕਤਲੇਆਮ ਹੋਈ ਆ, ਏਡਾ ਸੌਖਾ ਪਾਕਿਸਤਾਨ ਨਹੀਂ ਲੋਕਾਂ ਨੇ ਇੱਧਰ ਹਾਸਲ ਕੀਤਾ, ਇਹਨਾਂ ਨੂੰ ਹਾਸਲ ਕਰਨ ਵਾਸਤੇ ਕਰੋੜਾਂ ਕੁਰਬਾਨੀਆਂ ਦੇਣੀਆਂ ਪਈਆਂ, ਮਾਵਾਂ ਨੂੰ ਬੱਚੇ ਗਵਾਉਣੇ ਪਏ, ਸ਼ੌਹਰ ਗਵਾਉਣੇ ਪਏ, ਕਬੀਲਿਆਂ ਦੇ ਕਬੀਲੇ ਗਰਕ ਹੋ ਗਏ ਆ, ਇੱਧਰ ਤਾਂ ਮੌਜਾਂ ਲੈਂਦੇ ਜੀ ਕਰ ਕੋਈ ਨਹੀਂ। ਲੋ ਬਾਬਾ ਜੀ, ਸਾਡਾ ਮਕਸਦ ਤੁਹਾਡੇ ਜ਼ਖਮ ਤਾਜ਼ਾ ਕਰਨਾ ਨਹੀਂ ਸੀ, ਪਰ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ 47 ਦੇ ਵਿੱਚ ਪੰਜਾਬ ਵਾਲਿਆਂ ਨੇ ਕਿਹੜੇ ਕਿਹੜੇ ਦੁੱਖ ਵੇਖੇ, ਕਿਹੜੀਆਂ ਕਿਹੜੀਆਂ ਤਕਲੀਫਾਂ ਵੇਖੀਆਂ। ਅੱਲਾ ਪਾਕ ਤੁਹਾਨੂੰ ਸੇਧ ਦੇਵੇ, ਅੱਲਾ ਪਾਕ ਤੁਹਾਡੀ ਹਯਾਤੀ ਕਰੇ, ਰੱਬ ਰਾਖਾ।